ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਪੰਜਾਬ ਅੱਡਾ 24/7 ਤੇ ਮੇਰਾ ਨਾਮ ਹੈ ਗਗਨ ਤੇ ਅੱਜ ਫੇਰ ਇੱਕ ਵਾਰ ਫੇਰ ਆਪਾਂ ਸਵੇਰ ਫੇਰ ਜੁੜ ਚੁੱਕੇ ਹਾਂ ਲਾਈਟਾ ਬਹੁਤ ਹੋ ਰਹੀ ਹੈ ਅੱਛਾ ਅ ਨਵੀਂ ਲਾਈਟ ਲਾਈ ਇਹਨਾਂ ਨੇ ਠੀਕ ਹੈ ਠੀਕ ਹੈ ਠੀਕ ਹੈ ਅੱਜ ਲਾਈਟਾਂ ਹੀ ਬਹੁਤ ਹੋ ਰਹੀਆਂ ਮੈਂ ਕਿ ਨਿਸ਼ਕਾਰੇ ਬਹੁਤ ਮਾਰ ਰਿਹਾ ਮੈਂ ਹੈ ਨਾ ਅੰਦਾ ਅੰਦਾ ਨਾ ਹੋ ਜਿਓ ਕੋਈ ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਜੀ ਸ਼੍ਰੀ ਰਾਮ ਹਰਿ ਹਰਿ ਮਹਾਦੇਵ ਕੀ ਹਾਲ ਚਾਲ ਸਾਰਿਆਂ ਦਾ ਮੈਨੂੰ ਤਾਂ ਜਿਆਦਾ ਹੀ ਬ੍ਰਾਈਟਨਸ ਹੀ ਦਿਖ ਰਹੀ ਹੈ ਹੈ ਕਿ ਨਹੀਂ ਜਿਆਦਾ 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 ਸੋਹਣਾ ਲੱਗ ਰਿਹਾ ਮੈਂ ਹੈ ਨਾ ਤੱਲੋ ਅੱਜ ਇਹ ਤਾਂ ਟ੍ਰਿਕ ਹੋ ਚੁੱਕੀ ਅੱਜ 20 ਅਗਸਤ ਆਪਾਂ ਕਰਾਂਗੇ 20 ਅਗਸਤ ਦੇ ਕਰੰਟ ਅਫੇਅਰ ਤਾਂ ਪਹਿਲਾਂ ਤੁਹਾਨੂੰ ਦੱਸ ਦਿੰਦਾ ਸਕੀਮ ਆਪਾਂ ਕਿਦਾਂ ਕਰਦੇ ਹੁੰਦੇ ਆ ਦੋ ਤਿੰਨ ਦਿਨ ਤੋਂ ਤਾਂ ਹੋਣੀ ਰਹੀ ਸੀ ਬਟ ਪਹਿਲਾਂ ਆਪਾਂ ਕਰਾਂਗੇ 19 ਅਗਸਤ ਦੇ ਕਰੰਟ ਅਫੇਅਰ ਰਿਵੀਜ਼ਨ ਕੁਐਸਚਨ ਆਨਸਰ ਫਾਰਮ ਵਿੱਚ ਫੇਰ ਕਰਾਂਗੇ ਆਪਾਂ 20 ਅਗਸਤ ਅੱਜ ਦੇ ਕਰੰਟ ਅਫੇਅਰ ਤੇ ਐਂਡ ਵਿੱਚ ਆਪਾਂ ਕਰਾਂਗੇ 18 ਅਗਸਤ ਦੇ ਜਿਹੜੇ ਕਰੰਟ ਅਫੇਅਰ ਕੀਤੇ ਸੀਗੇ ਉਹਨਾਂ ਦੀ ਵਨ ਲਾਈਨਰ ਫਾਰਮ ਵਿਦ ਰਿਵੀਜ਼ਨ ਹੈਨਾ ਵਨ ਲਾਈਨਰ ਫਾਰਮ ਵਿਦ ਰਿਵੀਜ਼ਨ ਠੀਕ ਹੈ ਤਾਂ ਚਲੋ ਇੱਕ ਵਾਰ ਸਾਰੇ ਜਣੇ ਜਿੰਨੇ ਤੇ ਅੱਜ ਦੀ ਸਕੀਮ ਵੀ ਉਹੀ ਹੈ 500 ਬੱਚੇ ਯਾਰ ਇਸ ਕੇ ਉਪਰ ਲਗਾਣੇ ਕੋਸ਼ ਦੇਦੇ ਅੱਖੋਂ ਵੀ ਬਹੁਤ ਲੱਗ ਰਹਾ ਹੈ ਹੈ ਨਹੀਂ ਹੈ ਨਹੀਂ ਹਾਂ ਪੇ ਕੁਝ ਨਹੀਂ ਔਰ ਸੇ ਕਿਸੇ ਔਰ ਕੋ ਉਠਾ ਕੇ ਲੈ ਲੈਂਦੇ हां ਅਜ ਵੀ ਸਕੀਮ ਉਹੀ ਹੈ ਤਾਂ 500 ਬੱਚੇ ਤੇ ਕੱਲ ਆਈਟੀ ਤੇ ਵੀਡੀਓ ਲੈ ਲਓ ਤਾਂ ਆਈਟੀ ਤਿਆਰ ਪਈ ਹੈ ਪੂਰਾ ਤਿਆਰ ਪਿਆ ਬਹੁਤ ਵਧੀਆ ਪੀਪੀਟੀ ਬਣੀ ਹੋਈ ਹੈ ਮਤਲਬ ਪੂਰੀ ਡਿਟੇਲ ਵਿੱਚ ਸਾਰੀ ਥਿਉਰੀ ਪਈ ਹੋਈ ਹੈ ਤੁਹਾਡੇ ਕੋਲ ਉਸ ਤੋਂ ਬਾਅਦ ਤੁਸੀਂ ਕਹੋਗੇ ਤਾਂ ਤੁਹਾਡੇ ਲਈ ਕੁਸ਼ਚਨ ਆਨਸਰ ਵੀ ਆ ਜੂंगे ਉਹਦੇ ਲਈ ਬਟ ਪੂਰੀ ਜਨਵਰੀ 2022 ਤੋਂ ਲੈ ਕੇ ਅਗਸਤ 2022 ਤੱਕ ਦੀ ਜਿੰਨੀ ਵੀ ਆਈਟੀਆਂ ਨਿਊਜ਼ ਵਿੱਚ ਰਹੀ ਕੁਝ ਵੀ ਭਾਵੇਂ ਉਹ ਸੁਪਰ ਕੰਪਿਊਟਰ ਹੋਵੇ ਭਾਵੇਂ ਉਹ ਕਿਸਾਨ ਦੀ ਮੋਬਾਈਲ ਐਪ ਲਾਂਚ ਕੀਤੀ ਹੋਵੇ ਭਾਵੇਂ ਉਹਨਾਂ ਉਹਨਾਂ ਕੋਲ ਕੋਈ ਕਾਊਂਟਿੰਗ ਮਸ਼ੀਨ ਕੋ ਕਸ਼ਟ ਦਿੱਤੀ ਹੋਵੇ ਕੁਝ ਵੀ ਹੈ ਕੁਝ ਵੀ ਹੈ ਸਾਰੀ ਬਣੀ ਪਈ ਹੈ ਅਜ ਵੀ ਉਹੀ ਸਕੀਮ ਹੈ ਤੁਹਾਡੇ ਲਈ ਅਵੇਲੇਬਲ ਔਨ ਪੰਜਾਬੀ 247 ਪਹਿਲਾਂ ਗਾਣੇ ਨਹੀਂ ਹੁੰਦੇ ਸੀ ਜੇ ਪੁਰਾਣੇ ਗਾਣੇ ਹਾਂ ਇਹ ਬਹੁਤ ਬਹੁਤ ਧੰਨਵਾਦ ਭਾਈ ਤੇਰਾ ਪਹਿਲਾਂ ਗਾਣੇ ਨਹੀਂ ਹੁੰਦੇ ਸੀ ਅਵੇਲੇਬਲ ਔਨ ਆਈ ਟਿਊਨਸ ਉਦਾਂ ਹੀ ਅਵੇਲੇਬਲ ਔਨ ਪੰਜਾਬੀ 247 ਅੱਜ ਵੀ ਹਜੇ ਵੀ ਉਹ ਜਿਹੜਾ ਆਫਰ ਹੈ ਠੀਕ ਹੈ ਠੀਕ ਹੈ ਚਲੋ ਤਾਂ ਅਜੇ ਸ਼ੁਰੂ ਕਰੀਏ ਕਲਾਸ ਨੂੰ ਫਿਰ ਇੱਕ ਵਾਰ ਸਾਰੇ ਜਣੇ ਲਾਈਕ ਕਰ ਦਿਓ ਸੈਸ਼ਨ ਨੂੰ 100 ਲਾਈਕ ਕਰ ਦਿਓ ਫਿਰ ਸ਼ੁਰੂ ਕਰਦੇ ਹਾਂ ਹੈਨਾ 100 ਲਾਈਕ ਕਰਦੇ ਕੋਈ ਫਿਰ ਸ਼ੁਰੂ ਕਰਦੇ ਕਲਾਸ ਨੂੰ ਚਲੋ 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 ਸ਼ਮਾ 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 ਛੇਤੀ ਛੇਤੀ ਤਾਂ ਨਾਲੇ ਹੋਰ ਗੱਲ ਪੇਪਰ ਦੇਖੋ ਕਾਫੀ ਸਾਰੇ ਆਗੇ ਨੇ ਹੁਣ ਥੋੜਾ ਹੜਬੜਾਣ ਨਹੀਂ ਜਾਣਾ ਐਕਸਾਈਟਮੈਂਟ ਬਣਾ ਕੇ ਰੱਖਣੀ ਹੈ ਇਹ ਹੈ ਨਾ ਇੱਕ ਇੱਕ ਬੰਦਾ ਐਕਸਾਈਟਮੈਂਟ ਹੋ ਕੇ ਨਾ ਹਾਈਪਰ ਨਹੀਂ ਹੋ ਜਾਣਾ ਹਾਈਪਰ ਹੋ ਕੇ ਯਾਰ ਤੁਸੀਂ ਇੱਕ ਜਾਂ ਤਾਂ ਆਪਣੀ ਤਿਆਰੀ ਨੂੰ ਹੀ ਪੂਰਾ ਪੱਠਾ ਗੋਲ ਕਰ ਦੋਗੇ ਤੁਸੀਂ ਹੈ ਨਾ ਕਿ ਓਹੋ ਹੋ ਬਹੁਤ ਪੇਪਰ ਆਗੇ ਬਹੁਤ ਪੇਪਰ ਆਗੇ ਹਾਈ ਮੈਂ ਕੀ ਕਰਾਂ ਹੈ ਨਾ ਹਾਈ ਮੈਂ ਕੀ ਕਰਾਂ ਐਦਾਂ ਵੀ ਨਹੀਂ ਕਰਨਾ ਥੋੜਾ ਕਾਮ ਰਹਿਣਾ ਕਾਮ ਮਤਲਬ ਸੀਐਲ ਐਲਐਮ ਸ਼ਾਂਤੇ ਵਾਲਾ ਕਾਮ ਰਹਿਣਾ ਥੋੜਾ ਜਿਹਾ ਹੈ ਨਾ ਤਾਂ ਫਿਰ ਸ਼ੁਰੂ ਕਰਦੇ ਆ ਕਲਾਸ ਨੂੰ ਤਾਂ ਚ ਤੁਸੀਂ ਲਾਈਕ ਤਾਂ ਕਰਤਾ ਮੇਰੇ ਕਹੇ ਤੇ ਹੋਰ ਦੱਸੋ ਕੀ ਭਾਂਡ ਦੀ ਅੱਛਾ ਸੌਰੀ ਇਹ ਤਾਂ ਹਾਂ ਲੋ ਜੀ ਬਿਜਲੀਆਂ ਵੀ ਲੱਛ ਚੁੱਕੀਆਂ ਨੇ ਠੀਕ ਹੈ ਬਾਹਰ ਮੀਂਹ ਪੈ ਨਹੀਂ ਰਿਹਾ ਇੱਥੇ ਆਪਾਂ ਪਵਾਤਾ ਤਾਂ ਆਹ ਲੋ ਜੀ ਪਹਿਲਾ ਸਵਾਲ ਤੁਹਾਡੇ ਲਈ ਇਹ ਰਿਹਾ ਕੀ ਕਹਿੰਦੇ ਨੇ ਜੀ ਦ ਅਵਾਰਡ ਦ ਡੈਸ਼ ਅਵਾਰਡ ਵਾਸ ਕਨਫਰਡ ਬਾਏ ਲਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕਾਉਂਸਲ ਲੇ which celebrated the Dipal Nagam Dostam with great fervor on the occasion of its foundation day at Sindhughat ਤਾਂ ਇਹ ਜਿਹੜਾ ਅਵਾਰਡ ਸੀਗਾ ਇਹ ਦਿੱਤਾ ਸੀ ਕਿਹਨੂੰ ਦਲਾਈ ਲਾਮਾ ਨੂੰ ਹੈਨਾ ਦਲਾਈ ਲਾਮਾ ਨੂੰ ਦਿੱਤਾ ਅਵਾਰਡ ਤਾਂ ਇਹ ਕਿਹੜਾ ਐਡੀਸ਼ਨ ਸੀ ਅਵਾਰਡ ਦਾ ਪੰਜਵਾਂ ਐਡੀਸ਼ਨ ਸੀ ਛੇਵਾਂ ਐਡੀਸ਼ਨ ਸੀ ਸੱਤਵਾਂ ਐਡੀਸ਼ਨ ਸੀਗਾ ਜਾਂ ਫਿਰ ਅੱਠਵਾਂ ਐਡੀਸ਼ਨ ਸੀ ਕਿਹੜਾ ਐਡੀਸ਼ਨ ਸੀ ਗਗਨਦੀਪਰ ਮੈਂ ਗੁੱਡ ਮਾਰਨਿੰਗ ਵੀਰੇ ਯਾਰ ਲਾਈਕ ਸ਼ੇਅਰ ਕਮੈਂਟ ਹੈ ਬਸ ਕਰੋ ਬਸ ਕਰੋ ਸਪੈਮ ਨਾ ਕਰੋ ਹੁਣ ਆਨਸਰ ਤਾਂ ਹਾਂ ਤਰਤੇ ਆ ਜੋ ਕਿਹੜਾ ਐਡੀਸ਼ਨ ਸੀ 5th ਸੀਗਾ 6th ਸੀਗਾ 7th ਸੀਗਾ ਫਿਰ 8th ਸੀਗਾ ਕਿਸ ਨੇ 4 ਕੀਤਾ ਹੈ ਅੱਛਾ ਮਤਲਬ 8th ਹੈ ਚਲੋ 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 ਬਿਲਕੁਲ ਠੀਕ ਹੋ ਜਾਂਦਾ ਹੈ ਤਾਂ ਦলাই ਲਾਮਾ ਨੂੰ ਮਿਲਿਆ ਜੀ ਲਦਾਖ ਦਾ ਸਭ ਤੋਂ ਵੱਡਾ ਸਿਵਿਲਿਅਨ ਆਨਰ ਕੀ ਨਾਂ ਰੱਖਿਆ ਰਹਨ ਦਪਾਲ ਰੰਗਮ ਦਸਤਾਨ ਮੈਨੂੰ ਨਹੀਂ ਪਤਾ ਕੁਝ ਹੋਰ ਇਹਨੂੰ ਪ੍ਰੋਨਾਂਊਂਸ ਕਰਦੇ ਹੋਣੇ ਬਟ ਆਨਸਰ ਕਰਨ ਲਈ ਸਾਡੇ ਲਈ ਵਧੀਆ ਚਲੋ ਅੱਗੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਜੀ ਨੇ एफ इनस सिस्टम ਦਿੱਤਾ ਇੰਡੀਅਨ ਆਰਮੀ ਨੂੰ ਇਹ ਕੀ ਹੈ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਕੀ ਹੈ ਆਪਾਂ ਕੱਲ ਫੋਟੋ ਦੇਖੀ ਬਕਾਇਦਾ ਜਿਹੜੇ ਸਾਡੇ ਫੌਜੀ ਵੀਰ ਨੇ ਉਹਨਾਂ ਲਈ ਇੱਕ ਨਵਾਂ ਡਰੈਸ ਜੀ ਕਹਿੰਦੇ ਨਵਾਂ ਆਰਮਰ ਜਾਂ ਕਹਿੰਦੇ ਤਾਂ ਉੱਥੇ ਦੂਰਬੀਨ ਵੀ ਲੱਗੀ ਹੋਈ ਹੈ ਕਮਿਊਨੀਕੇਸ਼ਨ ਡਿਵਾਈਸ ਵੀ ਹੈ ਕਹਿੰਦੇ ਜਿਹੜੀ ਬੁਲੇਟ ਪ੍ਰੂਫ ਜੈਕਟ ਤੇ ਹੈਲਮਟ ਹੈ ਉਹ AK47 ਤੇ 9mm ਤੱਕ ਦੀ ਬੁਲੇਟ ਤੱਕ ਰੋਕ ਸਕਦੀ ਹੈ ਤਾਂ ਕਾਫੀ ਵਧੀਆ ਚੀਜ਼ ਹੈ ਤਾਂ ਐਡਾ ਜਿਹੜਾ ਆਈਡੀਆ ਸੀ ਕਦੋਂ ਕਨਸਿਵ ਕੀਤਾ ਗਿਆ ਸੀ 2002 3 4 ਆ ਫਿਰ 5 6 3 ਜਾਂ ਫਿਰ 5 ਸਰ ਜੀ ਇਹ ਤਾਂ ਬਹੁਤ ਡਿਸਟਰਬਿੰਗ ਆ ਬਿਜਲੀ ਇਸ ਨੂੰ ਬੰਦ ਕਰ ਦੋ ਪਲੀਜ਼ ਓਕੇ ਯਾਰ ਮੈਨੂੰ ਲੱਗਿਆ ਸੀ ਚੱਕਵੀ ਚੀਜ਼ ਹੈ ਚਲੋ ਕੋਈ ਬਾਤ ਨਹੀਂ ਦੇਖੋ ਜੈਸੇ ਤੂੰ ਬੋਲੋ ਦੇਖੋ ਹੁਣ ਤੁਹਾਡੀ ਇਹ ਗੱਲ ਵੀ ਮੰਨ ਲਈ ਮੈਂ ਹੁਣ ਵੀ ਜੇ 500 ਬੱਚਾ ਨਾ ਆਇਆ ਨਾ ਦੇਖੋ ਫਿਰ 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 ਪਿਆਰ ਨਹੀਂ ਹੋਗਾ ਦੇਖੋ ਠੀਕ ਹੈ ਫਿਰ ਕੋਈ ਫਾਇਦਾ ਨਹੀਂ ਹੈ ਦੇਖੋ ਠੀਕ ਹੈ ਫਿਰ ਇਹ ਗੱਲ ਤਾਂ ਨਹੀਂ ਬਣੀ ਦੇਖੋ ਸੱਜਣੋ ਚਲੋ ਤਾਂ ਅਨਸਰ ਦਾ ਕੀ ਹੋ ਜਾਂਦਾ ਇਹਦਾ ਆਈਡੀਆ ਜਿਹੜਾ ਉਹ ਕਨਸੀਵ ਕੀਤਾ ਗਿਆ ਸੀਗਾ 2005 ਵਿੱਚ ਠੀਕ ਹੈ 2005 ਵਿੱਚ ਇਹਦਾ ਆਈਡੀਆ ਕੀਤਾ ਗਿਆ ਸੀਗਾ ਤੇ ਅੱਗੇ ਜੀ ਕਲ اکاؤنٹ ਬਣਾਊਗਾ ਇਹਨੂੰ ਇਸਰੋਤ ਬਣਾਉਗੀ ਨਹੀਂ ਆਰਬੀਆਈ ਨਹੀਂ ਬਣਾਉਗੀ ਨਾ ਇਸਬੀਆ ਹੀ ਬਣਾਊਗਾ ਡੀਆਰਡੀ ਨੇ ਬਣਾਈ ਸੀ ডিফেন্স ਰਿਸਰਚ ਐਂਡ ਡਵੈਲਪਮੈਂਟ ਆਰਗੇਨਾਈਜੇਸ਼ਨ ਜੀ ਸਤੀਸ਼ ਰੈਡੀ ਪ੍ਰਧਾਨ ਚਲੋ ਇਹਨਾਂ ਨੇ ਰਿਟਾਇਰਮੈਂਟ ਲੈ ਲਈ ਕੈਵਿਨ ਓਬਰਾਇਨ ਤੇ ਇਹ ਸਾਰੇ ਰਿਟਾਇਰਮੈਂਟਸ ਨੇ ਦੁਬਾਰਾ ਤੋਂ ਇੱਕ ਵਾਰ ਧਿਆਨ ਨਾਲ ਦੇਖ ਲਓ ਫਰੀਨਾ ਵਿਲੀਅਮਸ ਟੈਨਿਸ ਖੇਡਦੀ ਯੂਐਸ ਤੋਂ ਰਿਟਾਇਰ ਸੇਬਸਟIAN ਵੈਟਲ ਐਫ 1 ਸੀ ਕਾ ਗ ਜਰਮਨੀ ਤੋਂ ਰਿਟਾਇਰ ਤਮੇਕ ਬਵਾਲ ਬੈਨ ਸਟੋਕ ਦਿਨੇਸ਼ ਰਾਮਦੀਨ ਲੰਡਲ ਸਿਮਨਸ ਕੈਰਨ ਪੋਲਰ ਹਮੇਸ਼ ਬੈਨਟ ਇਹ ਸਾਰੇ ਕ੍ਰਿਕਟ ਵਾਲੇ ਫਿਰ ਐਸ਼ਲੀ ਪਹੰਜੀ ਆ ਗਿਆ ਆਸਟ੍ਰੇਲੀਆ ਟੈਨਿਸ ਵਾਲੀ ਫਿਰ ਇਹ ਥੱਲੇ ਫਿਰ ਸਾਰੇ ਕ੍ਰਿਕਟ ਵਾਲੇ ਠੀਕ ਹੈ ਫਿਰ ਇਹ ਸਾਰੇ ਕ੍ਰਿਕਟ ਵਾਲੇ ਠੀਕ ਹੈ ਮਤਲਬ ਹਜੇ ਵੀ ਕਰ ਨਹੀਂ ਰਹੇ ਸ਼ੇਰ ਨਾ ਸ਼ੇਅਰ ਹੋ ਰਿਆ ਨਾ ਲਾਈਕ ਹੋ ਰਿਹਾ ਸਿਰਫ 268 ਹੋਏ ਨੇ ਆਪਾਂ 500 ਕਰਨਾ ਹੈ ਸ਼ਰਦਾ ਬਾਜੀ ਆਈਟੀ ਚਾਹੀਦਾ ਤਾਂ ਦੇਖੋ ਤੁਹਾਡੇ ਕਹੇ ਤੇ ਮੈਂ ਕਰਤਾ ਹਾਂ ਚਲੋ ਅਗਲੇ ਇੰਡੀਆ ਗਿਫਟ ਡੋਰਨਰ ਮੈਰੀਟਾਈਮ ਰੈਕਨਸੈਂਸ 에ਅਰਕ੍ਰਾਫਟ 2 ਤਾਂ ਜੀ ਇਹ ਜਿਹੜਾ 에ਅਰਕ੍ਰਾਫਟ ਹੈ ਹਵਾਈ ਜਹਾਜ਼ਾ ਹੈ ਕਹਿੰਦੇ ਉਹਨਾਂ ਜਿਹੜਾ ਕੋਸਟਲ ਏਰੀਆ ਹੈ ਉੱਥੇ ਪੈਟ੍ਰੋਲਿੰਗ ਕਰਨ ਨੂੰ ਕਹਿੰਦੇ ਯਾਰ ਕੁਝ ਵੀ ਪੁੱਠਾ ਸਿੱਧਾ ਕੰਮ ਹੋ ਰਿਹਾ ਉਹਦੇ ਉੱਤੇ ਨਿਗਾਰ ਨਿਗਰਾਨੀ ਰੱਖਣ ਲਈ ਇਹਨਾਂ ਨੇ ਬਣਾਈ ਦਿੱਤਾ ਹਵਾਈ ਜਹਾਜ਼ ਕਿਹਨਾਂ ਨੂੰ ਦਿੱਤਾ ਇਹ ਮਿਆਂਮਾਰ ਸ਼੍ਰੀਲੰਕਾ ਜਿੱਤੀ ਮਿਆਂਮਾਰ ਸ਼੍ਰੀਲੰਕਾ ਫਿਲੀਪੀਨਸ ਜਾਂ ਫਿਰ ਇੰਡੋਨੇਸ਼ੀਆ ਚਲੋ ਮੈਡੀਸਿਨ ਫਾਰ ਦਾ ਸਕਾਈ ਫਰਮ ਦਾ ਸਕਾਈ ਇਹ ਦਾ ਫਰਸਟ ਪਾਇਲਟ ਪ੍ਰੋਜੈਕਟ ਲਾਂਚ ਕੀਤਾ ਗਿਆ ਇਨ ਅਰੁਣਾਚਲ ਪ੍ਰਦੇਸ਼ ਬਟ ਇਟ ਵਾਸ ਲਾਂਚ ਫਾਰ ਦਾ ਫਰਸਟ ਟਾਈਮ ਇਨ ਅਰੁਣਾਚਲ ਪ੍ਰਦੇਸ਼ ਵਿੱਚ ਇੱਕ ਟ్రਾਇਲ ਲਈ ਕੀਤਾ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕਰਤਾ ਹੈ ਨਾ ਨਹੀਂ ਬਟ ਪਹਿਲੀ ਵਾਰੀ ਉਹ ਕਿੱਥੇ ਸ਼ੁਰੂ ਹੋਇਆ ਸੀ ਆਂਧਰਾ ਪ੍ਰਦੇਸ਼ ਤੇਲੰਗਨਾ ਗੁਜਰਾਤ ਜਾਂ ਫਿਰ ਕੇਰਲਾ ਦੇਖੋ ਕੋਈ ਨਵਾਂ ਇਹ ਜੇ ਤੁਹਾਨੂੰ ਦੱਸ ਦਵਾਂ ਤੁਸੀਂ ਕੋਈ ਸੋਚ ਰਹਾ ਹੋ ਵੈ ਸਰ ਕੀ ਹੋ ਰਿਹਾ ਹੈ ਆਪ ਕੁਐਸਚਨ ਪੜ੍ਹ ਰਹੇ ਆਂ ਅਨਸਰ ਦੇ ਰਹੇ ਹੋ ਕੁਐਸਚਨ ਪੜ੍ਹ ਰਹੇ ਆਂ ਅਨਸਰ ਦੇ ਰਹੇ ਹੋ ਕੁਝ ਸਮਝਾਤੋ ਨਹੀਂ ਐਸੇ ਥੋੜੀ ਹੁੰਦਾ ਹੈ ਆਪ ਕੋ ਕਰੰਟ ਅਫੇਅਰ ਪੜ੍ਹਾਣੇ ਨਹੀਂ ਆਤੇ ਹਮ ਇਸ ਕੇ ਬਾਅਦ ਚੱਲ ਜਾਂਦੇ ਫਲਾਣਾ ਕੇ ਬਾਅਦ ਇਮਕਾ ਨਹੀਂ ਇਹ ਸਾਰੇ ਆਪਾਂ ਕੱਲ ਡਿਟੇਲ ਵਿੱਚ ਪੜ੍ਹ ਚੁੱਕੇ ਆਂ ਪ੍ਰੋਪਰਟ ਥਿਊਰੀ ਪੜ੍ਹੀ ਹੈ ਇਹਦੀ ਤਾਂ ਇਹ ਬਸ ਥੋੜੀ ਰਿਵੀਜ਼ਨ ਲਈ ਵੀ ਪੇਪਰ ਹੁੰਦਾ ਕਿ ਆਪਾਂ ਥਿਊਰੀ ਪੜ੍ਹ ਕੇ ਜਾਂਦੇ ਆਂ ਉਹਦੇ ਕੁਐਸਚਨ ਬਣਦੇ ਨੇ ਤਾਂ ਇਹ ਮੇਰਾ ਥੋੜਾ ਟਰਾਈ ਹੈ ਵੀ ਇਹੋ ਜਿਹੇ ਕੁ MCQ ਫਾਰਮ ਵਿੱਚ ਰਿਵੀਜ਼ਨ ਕਰਾਂਗੇ ਤੇ ਫਿਰ ਐਂਡ ਵਿੱਚ ਆਪਾਂ ਕਰਾਂਗੇ ਵਨ ਲਾਈਨਰ ਫਾਰਮ ਵਿੱਚ ਕਰੰਟ ਅਫੇਅਰ ਦੀ ਰਿਵੀਜ਼ਨ ਠੀਕ ਹੈ ਉਹ ਕਿਹੜੇ ਵਾਲੇ ਉਹ 18 ਗੱਤ ਮਤਲਬ ਕਿ 3 ਦਿਨ ਦੇ ਕਰੰਟ ਅਫੇਅਰ ਤੁਸੀਂ 3 ਵਾਰ ਰਿਵਾਈਜ਼ ਕਰ ਰਹੇ ਹੋ ਕਿਦਾਂ ਨਯਾਤ ਨਹੀਂ ਰਹੂਗਾ ਮੈਨੂੰ ਇਹ ਦੱਸੋ ਤੁਸੀਂ ਚਲੋ ਆਨਸਰ ਇਤ ਤੇਲੰਗਨਾ ਚਲੋ ਦ ਲਾਂਚ ਆਫ ਦਾ ਪਾਲਨ ਡੈਸ਼ ਨੈਸ਼ਨਲ ਕੈਂਪੇਨ ਐਂਡ ਪੇਰੈਂਟਿੰਗ ਐਪ ਏਮਸ ਟੂ ਰਿਡਿਊਸ ਦਾ ਚਾਈਲਡ ਮੋਰਟੈਲਿਟੀ ਰੇਟ ਐਂਡ ਟੇਕ ਕੇਅਰ ਆਫ ਦਾ ਫਰਸਟ ਕਿੰਨੇ ਦਿਨ ਆਫ ਚਾਈਲਡ ਤਾਂ ਜੀ ਇੱਕ ਐਪ ਲਾਂਚ ਕੀਤੀ ਹੈ ਮਿਨਿਸਟਰ ਆਫ ਸਟੇਟ ਫਾਰ ਹੈਲਥ ਡਾਕਟਰ ਭਾਰਤੀ ਪਵਾਰ ਨੇ ਐਪ ਦਾ ਨਾਮ ਹੈ ਪਾਲਨ ਡੈਸ਼ ਕਿਉਂਕਿ ਇਹ ਕੀ ਕਹੇ ਰਹੇ ਕਹਿੰਦੇ ਬੱਚੇ ਦੇ ਜਿਹੜੇ ਪਹਿਲੇ ਡੈਸ਼ ਦਿਨ ਸੇਮ ਹੈ ਮਤਲਬ ਇਥੇ ਆਬਵੀਅਸਲੀ ਕਰ ਤੇ ਬੱਚੇ ਦੇ ਪਹਿਲੇ ਜਿਹੜੇ ਕੁਝ ਦਿਨ ਨੇ ਉਹਨਾਂ ਵਿੱਚ ਉਹਦੀ ਕੇਅਰ ਹੋਵੇ ਕਿਉਂਕਿ ਜਿਹੜੇ ਚਾਈਲਡ ਮਾਰਟੈਲਿਟੀ ਰੇਟ ਹੈ ਉਹਨੂੰ ਆਪਾਂ ਘਟਾਉਣਾ ਹੈ 2014 ਵਿੱਚ 45 ਸੀਗਾ 2019 ਤੱਕ ਆਦੇ ਆਦੇ ਹੋ 35 ਰਹਿ ਗਿਆ ਤੇ ਆਪਾਂ ਹੁਣ ਉਹਨੂੰ ਜ਼ੀਰੋ ਕਰਨਾ ਹੈ ਤਾਂ ਦੱਸੋ ਐਪ ਦਾ ਨਾਮ ਕੀ ਸੀਗਾ ਤੇ ਕਿੰਨੇ ਦਿਨਾਂ ਦੀ ਗੱਲ ਹੋ ਰਹੀ ਹੈ 500 700000 ਜਾਂ ਫਿਰ 1100 ਤਾਂ ਬਿਲਕੁਲ ਠੀਕ ਹੈ ਜੀ ਆਨਸਰ 1000 1000 1000 ਹਜ਼ਾਰ ਪੇ ਚਲੋ the people's liberation army of china a take part ਕਰ ਰਹੀ ਹੈ ਐਕਸਰਸਾਈਜ਼ ਜਿਹਦਾ ਨਾਮ ਹੈ ਵਸਤਕ 2022 ਜਿਦੇ ਵਿੱਚ ਇੰਡੀਆ ਬੈਲਾਰੂਸ ਤਜਿਕਿਸਤਾਨ ਤੇ ਮੰਗੋਲੀਆ ਵੀ ਪਾਰਟਿਸਿਪੇਟ ਕਰਨਗੇ ਇਹ ਐਕਸਰਸਾਈਜ਼ ਹੋ ਕਿੱਥੇ ਰਹੀ ਹੈ ਰਸ਼ੀਆ ਚਾਈਨਾ ਮੰਗੋਲੀਆ ਜਾਂ ਫਿਰ ਤਜਿਕਿਸਤਾਨ ਇਹ ਐਕਸਰਸਾਈਜ਼ ਹੋ ਕਿੱਥੇ ਰਹੀ ਹੈ ਰਸ਼ੀਆ ਚਾਈਨਾ ਮੰਗੋਲੀਆ ਜਾਂ ਫਿਰ ਤਜਿਕਿਸਤਾਨ ਸਰ ਪੰਜਾਬੀ ਚ ਆਨਸਰ ਦਿੱਤਾ ਹਜ਼ਾਰ ਹੈ ਉਹ ਕਿਹੜੀ ਮੂਵੀਸ ਉਹ ਕਹਿੰਦਾ ਨਹੀਂ ਤੈਨੂੰ 100 ਰੁਪਏ ਦੇ ਕਰਾਰੇ ਨੋਟ ਵਰਗੀ ਗੱਲ ਸੁਣਾਵਾ 2000 ਸੀ ਉਸ 500 ਰੁਪਏ ਸੀ ਹੈਨਾ ਉਹ ਕਿਹੜੀ ਮੂਵੀ ਸੀ ਯਾਰ ਉਹ ਇਨ ਐਕਸਪੈਂਸਿਵ ਜਟ ਨੇ ਦਿੱਤੇ ਤੇਰੇ ਨਾਲ ਹਿਰੂ ਬਾਜ ਵਾਲੀ ਮੂਵੀ ਸੀ ਯਾਰ ਦੱਸ ਦਿਓ ਯਾਰ ਕਿਹੜੀ ਮੂਵੀ ਸੀ ਮੇਰੇ ਧਿਆਨ ਜੀ ਨਹੀਂ ਆ ਰਹੀ ਉਹਦੇ ਜੋ ਫੋਟੋਗ੍ਰਾਫਰ ਹੁੰਦਾ ਉਹ ਆਹ ਹਾਂ ਚਲੋ ਐਨੀਵੇ ਰਸ਼ੀਆ ਕੋਈ ਨੂੰ ਪਤਾ ਹੋਵੇ ਤਾਂ ਕਮੈਂਟ ਜਰੂਰ ਕਰ ਦਿਓ ਮੇਰੇ ਵੀ ਦਿਮਾਗ ਚ ਘੁੰਮੀ ਰਹਿਣਾ ਠੀਕ ਹੈ ਚਲੋ ਅੱਗੇ ਆਈਆ ਡੀਆਈ ਦੀ ਗੱਲ ਹੋ ਰਹੀ ਹੈ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ ਇਹਨਾਂ ਨੇ ਉਦਘਾਟਨ ਕੀਤਾ ਪਹਿਲੇ ਹੱਕਸਾਂ ਦਾ ਬੀਮਾ ਮੰਥਨ ਦਾ ਇਹ ਕਹਿੰਦੇ ਵੀ ਜਿੰਨੇ ਵੀ ਕਹਿੰਦੇ ਨਵੀਂ ਕੰਪਨੀਆਂ ਨੇ ਸਾਨੂੰ ਦੱਸੋ ਵੀ ਆਪਾਂ ਜਿਹੜੇ ਕਲੇਮ ਨੇ ਆਪਾਂ ਕਿਦਾਂ इजीली ਆਪਾਂ ਸੈਟਲ ਕਰ ਸਕੀਏ ਛੜਾ 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 ਹੈਨਾ ਧੰਨਵਾਦ ਯਾਰ ਛੜਾ ਛੜਾ ਬਿਲਕੁਲ ਧੰਨਵਾਦ ਹੂ ਇਜ਼ ਦਾ ਚੇਅਰ ਪਰਸਨ ਆਈ ਆਰ ਡੀ ਆਈ ਦਾ ਚੇਅਰ ਪਰਸਨ ਕੌਣ ਹੈ ਹਾਂਜੀ ਕੌਣ ਹੈ ਚੇਅਰ ਪਰਸਨ ਆਈ ਆਰ ਡੀ ਆਈ ਦਾ ਮਾਦਰੀ ਪੂਰੀਪੁਰ ਦਿਨੇਸ਼ ਖਾਰਾਤ ਦੇਬਸ਼ੀਸ਼ ਪੰਡਾਯਾ ਫਿਰ ਸ਼ਿਵ ਸੁਬਰਾਮਣੀਅਨ ਰਮਨ ਟੌਰਨਲ ਛੜਾ ਮੁੰਡਾ ਟੌਰਨਲ ਛੜਾ ਹੈ ਟੌਰਨਲ ਛੜਾ ਇਹਦਾ ਟੌਰਨਲ ਛੜਾ ਛੜੇ ਰਹਿ ਕੇ ਦੇਖੋ ਵੀ ਨਜ਼ਾਰਾ ਆਉਂਦਾ ਵੜਾ ਟੌਰ ਨਾ ਛੜਾ ਮੁੰਡਾ ਟੌਰ ਨਾ ਛੜਾ ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ ਅੰਤਰ ਬਿਲਕੁਲ ਠੀਕ ਹੈ ਜੀ ਦੇਵ ਅਚੀਸ਼ ਪਾਂਡਾ ਤਾਂ ਇਹ ਜਿਹੜੇ ਤਿੰਨ ਨਾਮ ਨੇ ਨਾ ਇਹਨਾਂ ਨੂੰ ਵੀ ਦੇਖੋ ਕਿਰਪਾ ਕਰਕੇ ਧਿਆਨ ਵਿੱਚ ਰੱਖਣਾ ਮਾਧਵੀ ਪੂਰੀ ਬੋਛਾ ਜਿਹੜੀ ਇਹ ਸੈਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਦੇ ਚੇਅਰਪਰਸਨ ਹੈ ਦਿਨੇਸ਼ ਕੁਮਾਰ ਕਾਰਾ ਸਟੇਟ ਬੈਂਕ ਆਫ ਇੰਡੀਆ ਦੇ ਚੇਅਰਪਰਸਨ ਨੇ ਤੇ ਸ਼ਿਵ ਸੁਬ੍ਰਮਣੀਅਮ ਰਮਨ ਸਮਾਲ ਇੰਡਸਟਰੀ ਡਿਵੈਲਪਮੈਂਟ ਬੈਂਕ ਆਫ ਇੰਡੀਆ ਦੇ ਚੇਅਰਪਰਸਨ ਨੇ ਇਹ ਜਿਹੜੇ ਤਿੰਨ ਨਾਮ ਨੇ ਸਟੈਟਿਕ ਜੀਕੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਤੁਹਾਡੇ ਕੋਲ ਆ ਸਕਦਾ ਹੈ ਸਵਾਲ ਠੀਕ ਹੈ ਬਹੁਤ ਹੀ ਇੰਪੋਰਟੈਂਟ ਸਵ ਮਾਧਵੀਪੁਰੀ ਬੁੱਟ ਸੇਬੀ ਦਿਨੇਸ਼ ਖਾਰਾ ਕੀ ਖਾਰਾ ਜੋ ਵੀ ਖਾਰਾ ਐਸ ਐਸ ਬੀ ਆਈ ਦੇਵਸ਼ੀਸ਼ ਪਾਂਡਾ ਆਈ ਆਰ ਡੀ ਆਈ ਤੇ ਸ਼ਿਵ ਸੁਬਰਮਣੀਆ ਰਮਨ ਸਿੱਡ ਵੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਫਿਰ ਅਗਲਾ ਸਵਾਲ ਮਰੀਨਾ ਤਬਸਮ ਫਰਸ ਸਾਊਥ ਏਸ਼ੀਅਨ ਟੂ ਗੇਟ ਲਿਸਬਨ ਟ੍ਰਾਈ ਐਨੀਅਲ ਲਾਈਫਟਾਈਮ ਅਚੀਵਮੈਂਟ ਅਵਾਰਡ ਇਹ ਜਿਹੜਾ ਅਵਾਰਡ ਹੈ ਆਪਾਂ ਦੱਸਿਆ ਜੀ ਤੁਹਾਨੂੰ ਆਰਕੀਟੈਕਚਰ ਦੀ ਫੀਲਡ ਵਿੱਚ ਦਿੱਤਾ ਜਾਂਦਾ ਭਾ ਇੰਡੀ ਨੇ ਬਹੁਤ ਹੀ ਕਹਿੰਦੇ ਬਹੁਤ ਹੀ ਚੱਕ ਮੇ ਆਰਕੀਟੈਕਚਰ ਬਣਾਏ ਕਹਿੰਦੇ ਦੇਖ ਕੇ ਤੂੰ ਬੋਲੋਗੇ ਕਿ ਕਿਆ ਹੀ ਬਣਾ دیا۔ ਤਾਂ ਸ਼ੀ ਬਿਲੋਂਗਸ ਟੂ ਕਿੱਥੋਂ ਬਿਲੋਂਗ ਕਰਦੀ ਆ ਉਹ ਮਲੇਸ਼ੀਆ ਇੰਡੀਆ ਬੰਗਲਾਦੇਸ਼ ਜਾਂ ਫੇ ਸ਼੍ਰੀਲੰਕਾ ਛੜਾ 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 ਕੋਈ ਨਹੀਂ ਨਜ਼ਾਰੇ ਲੈਂਦੇ ਸਾਰੇ ਅੱਛਾ ਹੂੰ ਦੇ ਤੇ ਨੁੱਠੀ ਦਾ ਮਰਜੀ ਦੇ ਨਾਲ ਵੀ ਚਾਹ ਪਾਣੀ ਰੋਟੀ ਟੁੱਕ ਕਰੀਦਾ ਆ ਆਪ ਵੀ ਹੈ ਤਾਂ ਆਨਸਰ ਇਜ਼ ਬੰਗਲਾਦੇਸ਼ ਬਹੁਤ ਵਧੀਆ ਯਾਰ ਲਿਸਬਨ ਕਿੱਥੇ ਪੁਰਤਗਾਲ ਵਿੱਚ ਇਹਨਾਂ ਪਤਾ ਹੋਗਾ ਹੈ ਨਾ ਆਬਵੀਅਸਲੀ ਸੋ ਡੈਸ਼ ਬੈਂਕ ਲਾਂਚਡ ਅ ਨਿਊ ਕੈਂਪੇਨ ਜਿਹਦਾ ਨਾਮ ਹੈ ਵਿਜੀਲੈਂਟੀ ਕਹਿੰਦੇ ਵਿਜੀਲੈਂਟੀ ਨੂੰ ਕੀ ਕੰਮ ਕੀ ਹੈ ਵਿਜੀਲੈਂਟੀ ਇਜ਼ ਦਾ ਮਦਰ ਆਫ ਜਾਗਰਤੀ ਵਿਜੀਲੈਂਟੀ ਕਹਿੰਦੇ ਤੁਹਾਨੂੰ ਦੱਸੂਗੀ ਮੈਂ ਕਿੱਦਾਂ ਤੁਸੀਂ ਬੈਂਕ ਆਪਣੇ ਐਪ ਚਲਾਨੀ ਹੈ ਕਿਦਾਂ ਤੁਸੀਂ ਸਿਕਿਉਰ ਬੈਂਕਿੰਗ ਪ੍ਰੈਕਟਿਸਿਸ ਅਪਲਾਈ ਕਰਨੀ ਹੈ ਆਪਣਾ ਹਰ ਕਿਸ ਨੂੰ ਸੀਵੀਵੀਨ ਦੱਸ ਦੇਣਾ ਕਿਸੇ ਦਾ ਫੋਨ ਆ ਜਾਏ ਕਹਿ ਨਹੀਂ ਦੇਣਾ ਉਹੀ ਗੱਲ ਮਦਰ ਆਫ ਜਾਗਰਤੀ ਜਾਗਰਤੀ ਕੌਣ ਹੈ ਜਾਗਰਤੀ ਨੂੰ ਸਭ ਪਤਾ ਉਹ ਗਿਆਨ ਵੰਡਦੀ ਹੈ ਉਹ ਕੌਣ ਹੈ ਉਹ ਕੰਜ਼ਿਊਮਰ ਫੇਅਰ ਦੀ ਮਾਸਕਟ ਹੈ ਤਾਂ ਇਹ ਦੱਸੋ ਵਿਜੀਲੈਂਟੀ ਕਿਹੜੇ ਬੈਂਕ ਨੇ ਕੱਢੀ ਹੈ ਐਸਪੀਆਈ ਐਚਡੀਐਫਸੀ ਆਈਡੀਬੀਆਈ ਆਈਸੀ ਆਈਸੀ ਆਈ ਆਈਸੀ ਆਈਸੀ ਮੈਨੂੰ ਤਾਂ ਨਾਈਬ ਹੋ ਕੇ ਲੱਗਦਾ ਹੈ ਆਈਸੀ ਆਈ ਹੈ ਚਲੋ ਆਨਸਰ ਇਹਦਾ ਹੋ ਜਾਂਦਾ ਬਿਲਕੁਲ ਠੀਕ ਹੈ ਐਚ ਡੀ ਐਫ ਸੀ ਦਾ கரੈਕਟ ਆਨਸਰ ਐਚ ਡੀ ਐਫ ਸੀ ਇਸ ਦਾ கரੈਕਟ ਆਨਸਰ ਚਲੋ ਲਿਖਾ ਵਿੱਚ ਲਿਖਿਆ ਆ ਜادیه ਜੱਟ ਦੇ ਡੈਸ਼ ਸਪੋਰਟਸ ਡਿਪਾਰਟਮੈਂਟ ਸੈਟ ਟੂ ਹੋಸ್ಟ್ ਸੈਕੰਡ ਐਡੀਸ਼ਨ ਆਫ ਨਾਰਥ ਈਸਟ 올림픽ਸ ਤਾਂ ਜੀ ਨਾਰਥ ਈਸਟ ਵਾਲੇ ਵਲ림픽ਸ ਕਰ ਰਹੇ ਨੇ ਇਹ ਤਾਂ ਪਹਿਲਾ ਪਹਿਲਾ ਐਡੀਸ਼ਨ ਹੋ ਚੁੱਕਾ ਹੈ ਪਹਿਲਾ ਐਡੀਸ਼ਨ ਮਣੀਪੁਰ ਵਿੱਚ ਹੋਇਆ ਸੀਗਾ ਦੂਜਾ ਐਡੀਸ਼ਨ ਕਿੱਥੇ ਹੋ ਰਿਹਾ ਹੈ ਮਿਜ਼ੋਰਾ ਮੇਘਾਲਾ ਤ੍ਰਿਪੁਰਾ ਜਾਂ ਫਿਰ ਨਾਗਾਲੈਂਡ ਹਾਂਜੀ ਨਹੀਂ ਨਹੀਂ ਯਾਰ ਮੇਰੇ ਸੇ ਲਈ ਜਾਗ੍ਰਿਤੀ ਨਹੀਂ ਹੈ ਹੋ ਹੋ ਗਿਆ ਨਾ ਗਲ ਬਾਤ ਨਹੀਂ ਬਣੀ ਉਹ ਵਾਈਬ ਨਹੀਂ ਮਿਲੀ ਆਪਾਂ ਗਾਣਾ ਗਾਉਂਦੇ ਸੀ ਵਾਈਬ ਤੇਰੀ ਮੇਰੀ ਮਿਲਦੀ ਐ ਦੋ ਬਾਰ ਤੋ ਤਿੰਨ ਬਾਰ ਟਰਾਈ ਕੀਤਾ ਬਣੀ ਨਹੀਂ ਨਿਕਲੋ ਮੈਂ ਖਾ ਐ ਕਮਿਊਨਿਟੀ ਚੱਲਣਾ ਦੇਖ ਭੈਣ ਕਹਿੰਦੀ ਭੈਣ ਮੈਂ ਕਹਾ ਹਾਂ ਹੁਣ ਭੈਣ ਆਨਸਰ ਹੋ ਜਾਂਦਾ ਹੈ ਜਦ ਜੀ ਮਿਜ਼ੋਰਮ ਤੇ ਦਿਲ ਬਣਾਏ ਨੇ ਗਲਤ ਹੈ ਲੇਕਿਨ ਜੀ ਤਾਂ ਆਨਸਰ ਇਜ਼ ਮਿਘਾਲਾ ਇਦਾਂ ਕਰੈਕਟ ਆਨਸਰ ਪਹਿਲਾ ਐਡੀਸ਼ਨ ਹੋਇਆ ਸੀਗਾ ਪਹਿਲਾ ਐਡੀਸ਼ਨ ਹੋਇਆ ਸੀ ਮਣੀਪੁਰ ਵਿੱਚ ਠੀਕ ਹੈ ਪਹਿਲਾ ਐਡੀਸ਼ਨ ਹੋਇਆ ਸੀ ਮਣੀਪੁਰ ਵਿੱਚ ਚਲੋ ਨਾਸਾ ਦਾ ਮੂਨ ਰਾਕਟ ਲਾਉਵ 2 ਆਪਾਂ ਗੱਲ ਕੀਤੀ ਸੀ ਇਹਨਾਂ ਦਾ ਮਿਸ਼ਨ ਜਾ ਰਿਹਾ ਹੈ ਮਿਸ਼ਨ ਦਾ ਨਾਮ ਹੈ ਆਰਟਿਮਿਸ ਤਾਂ ਆਪਣਾ ਕਹਿੰਦੇ ਹਜ ਤੱਕ ਸਭ ਤੋਂ ਵੱਡਾ ਰਾਕਟ ਤਿਆਰ ਕੀਤਾ ਇਹਨਾਂ ਨੇ ਉਹਦਾ ਨਾਮ ਰੱਖਿਆ ਇਹਨਾਂ ਨੇ ਆਰਟਿਮਿਸ ਮਿਸ਼ਨ ਉੱਤੇ ਯੂਜ਼ ਕਰਨਾ ਹੈ ਨਾਸਾ ਦਾ ਮੂਨ ਲਈ ਰਾਕਟ ਬਣਾਇਆ ਹੈ ਤਾਂ ਇਹ ਦੱਸੋ ਜਦੋਂ ਪਹਿਲੀ ਵਾਰੀ ਬੰਦੇ ਨੇ ਪੈਰ ਰੱਖਿਆ ਸੀ ਉੱਥੇ ਨੀਲ ਆਰਮਸਟ੍ਰॉन्ग ਤੇ ਬਾਦ ਐਲਡ੍ਰਿਨ ਰੱਖਿਆ ਸੀ ਉਹ ਗਏ ਸੀਗੇ ਅਪੋਲੋ 11 ਮਿਸ਼ਨ ਵਿੱਚ ਤਾਂ ਅਪੋਲੋ 11 ਮਿਸ਼ਨ ਕਿਹੜੇ ਸਾਲ ਵਿੱਚ ਹੋਇਆ ਸੀ 65 67 69 ਜਾਂ ਫਿਰ 71 ਉខਾ ਸਰ ਜਗਰਿਤ ਨੀ ਰੋਰੀ ਹੋਣੀ ਰੋਣ ਦੋ ਰੋਣ ਦੋ ਇੰਨਾ ਨਹੀਂ ਕਰੀਦਾ ਕਹਿੰਦੇ ਗਾਣਾ ਨਹੀਂ ਸੁਣਿਆ ਤੁਸੀਂ ਚੈਰੀਮਾਨ ਦਾ ਛੱਡੋ ਜ਼ਿਆਦਾ ਹੋ ਜਾਊਗਾ ਆਨਸਰ ਹੋ ਜਾਂਦਾ ਹੈ ਇਹਦਾ 1969 ਠੀਕ ਹੈ 1969 ਕਹਿੰਦੇ ਕਾਲਜ ਵਾਲੀ ਜੀਟੀ ਰੋਡ ਤੋਂ ਕਿੰਨੇ ਰਾਹ ਨਿਕਲੇ ਕੁਝ ਦੀ ਲਾ ਕੀ ਨੌਕਰੀ ਤੇ ਕੁਝ ਹੋ ਕੇ ਤਬਾ ਨਿਕਲੇ ਚਲੋ ਤਾਂ ਜੀ ਹੁਣ ਆਪਾਂ ਸ਼ੁਰੂ ਕਰਾਂਗੇ ਅੱਜ ਦੇ ਯਾਨੀ ਕਿ 20 ਅਗਸਤ ਦੇ ਕਰੰਟ ਅਫੇਅਰ ਯਾਰ ਗਾਣੇ ਕੁਝ ਜ਼ਿਆਦਾ ਨਹੀਂ ਹੋਣ ਲੱਗੇ ਮੈਂ ਦੇਖ ਰਿਹਾ ਓਹੋ ਕਿਰਨਪਾਲ ਸੰਦੂਕ ਦਾ ਨਾਮ ਵੀ ਲੈਦਿਆ ਕਰੋ ਲੈ ਨਾਮ ਲੈਣ ਨੂੰ ਕੀ ਕਿਰਨਪਾਲ ਚਲੋ ਤਾਂ ਜੀ ਹੁਣ ਆਪਾਂ ਕਿੱਥੇ ਸੀ 19 19 ਨਵੰਬਰ ਕਹਿ ਰਹੇ ਮੈਂ 19 ਅਗਸਤ ਦੇ ਕਰੰਟ ਅਫੇਅਰ ਦੀ ਰਿਵੀਜ਼ਨ ਕਰ ਲਈ ਆਪਾਂ ਕੁਐਸਚਨ ਆਨਸਰ ਫਾਰਮ ਵਿੱਚ ਹੁਣ ਆਪਾਂ ਕਰਾਂਗੇ 20 ਅਗਸਤ ਦੇ ਅੱਜ ਦੇ ਕਰੰਟ ਅਫੇਅਰ ਹਜੇ ਵੀ ਆਫਰ ਓਪਨ ਹੈ 350 ਤੁਸੀਂ ਹੋ ਚੁੱਕੇ ਹੋ 500 ਕਰ ਲਓ ਤੇ ਕੱਲ ਤੁਹਾਡੇ ਲਈ ਆ ਰਿਹਾ ਹੈ ਆਈਟੀ ਉੱਤੇ ਸਪੈਸ਼ਲ ਵੀਡੀਓ ਖਰਦਾ ਅਨੁਸਾਰ ਸੰਡੇ ਆ ਕੱਲ ਵਧੀਆ ਤਰੀਕੇ ਨਾਲ ਕਲਾਸ ਵੀ ਇਹ ਦੀ ਲੋ ਟੈਨਸ਼ਨ ਲੈਣੀ ਕਿ ਕਦੋਂ ਲੱਗੂਗੀ ਕਲਾਸ ਇਹ ਲੱਗੂਗੀ ਫਿਰ 8 ਵਜੇ ਆਪਾਂ ਲਾ ਲੂਗਾ ਕਲਾਸ ਕੋਈ ਟੈਨਸ਼ਨ ਨਹੀਂ ਲੋੜਨੀ ਐ 500 ਠੀਕ ਹੈ ਕਿੰਨੇ 500 ਚਲੋ ਮੇਰੇ ਕੋਲ ਦੋ ਗਰਲਫ੍ਰੈਂਡ ਐ ਸਰ ਜੀ ਇੱਕ ਲੈ ਲੋ ਖਰਚਾ ਜ਼ਿਆਦਾ ਹੁੰਦਾ ਹੈ ਇਹ ਦੇਖ ਵਾਹ ਇਹ ਹੈ ਕਹਿੰਦੇ ਹਿੰਦੁਸਤਾਨ ਮੇਰਾ ਦੇਸ਼ ਬਦਲ ਰਹਾ ਹੈ ਮੇਰਾ ਦੇਸ਼ ਬਦਲ ਰਹਾ ਹੈ ਚਲੋ ਹਾਂਜੀ ਤਾਂ ਜੀ ਪ੍ਰੋਫੈਸਰ ਰਮਾਦੇਰ ਸਿੰਘ ਰਮਾਦੇਰ ਉਹ ਨਹੀਂ ਇਹ ਵੈਂਕਸੋ ਵਾਸੀਪੁਰ ਵਾਲੇ ਨਹੀਂ ਨੇ ਜੀ ਪ੍ਰੋਫੈਸਰ ਸਾਹਿਬ ਨੇ ਤਾਂ ਪ੍ਰੋਫੈਸਰ ਰਮਾਦੇਰ ਸਿੰਘ ਬਣ ਚੁੱਕੇ ਨੇ ਪਹਿਲੇ ਇੰਡੀਅਨ ਸੋਸ਼ਲ ਸਾਈਕੋਲੋਜਿਸਟ ਔਨ ਯੂਐਸਡੀ ਹੈਰੀਟੇਜ ਵਾਲ ਆਫ ਫੇਮ ਤਾਂ ਜੀ ਸਿੱਧੀ ਜੀ ਗੱਲ ਹੈ ਸਾਈਕੋਲੋਜਿਸਟ ਰਮਾਦੇਰ ਸਿੰਘ ਯੂਐਸਡੀ ਹਾਲ ਆਫ ਫੇਮ ਵਿੱਚ ਆ ਚੁੱਕੇ ਨੇ ਕੀ ਕਹਿੰਦੇ ਨੇ ਇਹ ਤਾਂ ਜੀ ਅਹਮਦਾਬਾਦ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਰਾਮਾਧਰ ਸਿੰਘ ਬਣ ਚੁੱਕੇ ਨੇ ਪਹਿਲੇ ਭਾਰਤੀ ਸਾਈਕੋਲੋਜਿਸ ਜਿਨ੍ਹਾਂ ਨੂੰ ਯੂਐਸ ਹੈਰੀਟੇਜ ਵਾਲ ਆਫ ਫੇਮ ਆਫ ਦਾ ਸੁਸਾਇਟੀ ਫਾਰ ਪਰਸਨੈਲਿਟੀ ਬਸ ਸਿੱਧੀ ਜੀ ਗੱਲ ਹੈ ਇਹਨਾਂ ਯਾਦ ਰੱਖਣ ਦੀ ਲੋੜ ਨਹੀਂ ਹੈ ਰਾਮਾਧਰ ਸਿੰਘ ਅਹਮਦਾਬਾਦ ਯੂਨੀਵਰਸਿਟੀ ਤੋਂ ਸੀਗੇ ਤੇ ਯੂਐਸ ਤੇ ਸਾਈਕੋਲੋਜੀ ਸਾਈਕੋਲੋਜਿਸਟਾਂ ਦੀ ਹਾਲ ਆਫ ਫੇਮ ਵਿੱਚ ਆ ਚੁੱਕੇ ਨੇ ਟੌਪ ਠੀਕ ਹੈ ਤਾਂ ਜੀ ਪ੍ਰੋਫੈਸਰ ਸਿੰਘ ਹੈਜ਼ ਬੀਨ ਅ ਬ੍ਰੇਕਥਰੂ ਰਿਸਰਚਰ ਇਨ ਦਾ ਫੀਲਡ ਆਫ ਸਾਈਕੋਲੋਜੀ ਐਂਡ ਮੈਨੇਜਮੈਂਟ ਦੇਖਿਆ ਕੁਝ ਨਹੀਂ ਹੈ ਤਿੰਨ ਕੀਵਰਡ ਰਾਮਾਧਰ ਸਿੰਘ ਸਾਈਕੋਲੋਜੀ ਹਾਲ ਆਫ ਫੇਮ ਕਿੱਥੋਂ ਦੀ ਯੂਐਸਏ ਦੀ ਠੀਕ ਹੈ ਰਾਮਾਧਰ ਸਿੰਘ ਸਾਈਕੋਲੋਜੀ ਯੂਐਸਏ ਤੇ ਹਾਲ ਆਫ ਫੇਮ ਚਾਰ ਕੀਵਰਡ ਬਾਕੀ ਇਹ ਫਲਾਣਾ ਫਲਾਣਾ ਇਹ ਹੈ ਉਹ ਹੈ ਜਾਗਰਿਤੀ ਕੀ ਮੰਮੀ ਕਿਆ ਕਹਿ ਰਹੀ ਸੀ ਕੁਝ ਨਹੀਂ ਹੈ 500 ਪੁਆਇੰਟਸ ਨਾ ਗਰਗੋਰੀ ਰਹੇ ਹੈ ਸਰ ਜੀ ਬੱਚ ਕੇ ਸਰ ਨੇ ਪੈਕੇਟ ਆ ਪੁਰਾਣੀ ਚੀਜ਼ ਦੇ ਦੇਗਾ ਤੁਸੀਂ ਜਾਂਦੇ ਸਿੱਧੇ ਨਹੀਂ ਹੋ ਰਹੇ ਅੱਜ ਕੱਲ ਚਲੋ ਅਥਲੈਟ ਸਾਇਮਨ ਸਟੀਲ ਆਫ ਗ੍ਰਨਾਡਾ ਬਣ ਚੁੱਕੇ ਨੇ ਨਵੇਂ ਯੂ ਐਨ ਐਫ ਟ੍ਰਿਪਲ ਸੀ ਦੇ ਐਗਜ਼ੀਕਿਊਟਿਵ ਸਕੱਤਰ ਗ੍ਰਨਾਡਾ ਤੋਂ ਕੀ ਨਾ ਯਾਦ ਆ ਰੰਦਾ ਮੈਨੂੰ ਤਾਂ ਇੱਕ ਹੀ ਨਾ ਯਾਦ ਆਂਦਾ ਅਜਕਲ ਐਂਡਰਸਨ ਪੀਟਰਸ ਵਰਲਡ ਚੈਂਪੀਅਨਸ਼ਿਪ 오ਰੇਗਨ ਵਿੱਚ ਹੋਈ ਸੀ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ 골ਡ ਮੈਡਲ ਆਇਆ ਨੀਰਜ ਚੋਪੜਾ ਦਾ ਕਿਹੜਾ ਸਿਲਵਰ ਮੈਡਲ ਆਇਆ ਉਹਦੇ ਵਿੱਚ ਇਹ ਇੰਡੀਆ ਕੋਲਡ ਆਇਆ ਮੈਡਲ ਉਹ 19 ਸਾਲਾਂ ਬਾਅਦ ਆਇਆ ਉਹ ਤੋਂ ਪਹਿਲਾਂ ਇੰਡੀਆ ਕੋਲ ਮੈਡਲ ਆਇਆ ਸੀ ਕਿ 2003 ਵਿੱਚ ਆਇਆ ਸੀ ਕਿਹਦੇ ਆਇਆ ਸੀ ਅੰਜੂ ਆਪੀ ਜਾਰਜ ਦਾ ਆਇਆ ਸੀ ਕਿਹੜਾ ਆਇਆ ਸੀ ਬ੍ਰੌਂਜ਼ ਮੈਡਲ ਆਇਆ ਸੀ ਕਿਹੜੀ ਸਟੇਟ ਤੋਂ ਬਿਲੋਂਗ ਕਰਦੀ ਹੈ ਕੇਰਲਾ ਤੋਂ ਬਿਲੋਂਗ ਕਰਦੀ ਹੈ ਹੈਨਾ ਠੀਕ ਹੈ ਡੰਡੀ ਲੈ ਡੰਡੀ ਲੈ ਚਲੋ ਨਮਸਤੇ ਸਰ ਤਾਂ ਜੀ ਆਨ ਜੀ ਯੂਨੈਸੈਕ੍ਰੇਟਰੀ ਜਨਰਲ ਨੇ ਐਂਟੋਨੀਓ ਗੁਟੇਰੇਸ ਇਹਨਾਂ ਨੇ ਅਪਾਇੰਟ ਕੀਤਾ ਜੀ ਸਾਈਮਨ ਸਟੀਲ ਨੂੰ ਐਸ ਦਾ ਨਿਊ ਐਗਜ਼ੀਕਿਊਟਿਵ ਸਕੱਰੇਟਰੀ ਆਫ ਯੂਨਾਈਟਿਡ ਨੇਸ਼ਨ ਕਲਾਈਮੇਟ ਚੇਂਜ ਸਕੱਰੇਟਰੀਏਟ ਬੇਜ ਇਨ ਬੌਨ ਜਰਮਨੀ ਅੱਛਾ ਦ ਅਪਾਇੰਟਮੈਂਟ ਹੈਜ਼ ਬੀਨ ਐਂਡੋਰਸਡ ਬਾਈ ਦ ਬਿਊਰੋ ਆਫ ਦ ਯੂਨ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ ਚੇਂਜ ਤਾਂ ਕਲਾਈਮੇਟ ਚੇਂਜ ਦਾ ਪ੍ਰਧਾਨ ਬਣਾਇਆ ਗਿਆ ਹੈ ਇਹਨਾਂ ਨੂੰ ਠੀਕ ਹੈ ਬੇਸਿਕ ਭਾਸ਼ਾ ਵੀ ਦੱਸਦਾ ਤੁਹਾਨੂੰ ਸਾਈਮਨ ਸਟੀਲ ਭਾਜੀ ਨੇ ਗਰਨਾਡਾ ਤੋਂ ਬਿਲੋਂਗ ਕਰਦੇ ਨੇ ਤੇ ਇਹਨਾਂ ਨੂੰ ਯੂ ਜਿਆਦਾ ਅੰਦਰ ਅੰਦਰ ਨਹੀਂ ਵੜਨਾ ਠੀਕ ਹੈ ਸਿੰਪਲ ਜੀ ਸਿੰਪਲ ਗੱਲ ਦੱਸ ਰਿਹਾ ਤੁਹਾਨੂੰ ਸਾਈਮਨ ਸਟੀਲ ਫਰੋਮ ਗਰਨਾਡਾ ਯੂਨ ਦਾ ਇੱਕ ਫਰੇਮਵਰਕ ਔਨ ਕਲਾਈਮੇਟ ਚੇਂਜ ਉਹਦਾ ਪ੍ਰਧਾਨ ਬਣਾਇਆ ਗਿਆ ਹੈ ਤੇ ਉਹ ਜਿਹੜਾ ਫਰੇਮਵਰਕ ਔਨ ਕਲਾਈਮੇਟ ਚੇਂਜ ਹੈ ਉਹਦਾ ਹੈਡਕ quartਰ ਹੈ ਜਰਮਨੀ ਬੋਨ ਵਿੱਚ ਠੀਕ ਹੈ ਬੋਨ ਜਰਮਨੀ ਵਿੱਚ ਜਰਮਨੀ ਬੋਨ ਵਿੱਚ ਠੀਕ ਹੈ ਸਾਈਮਨ ਪਾਜੀ ਸਾਈਮਨ ਗੋ ਬੈਕਰ ਨਹੀਂ ਨੇ ਇਹ ਦੂਜੇ ਸਾਈਮਨ ਨੇ ਠੀਕ ਹੈ ਚਲੋ ਸਰ ਸਲੋ यार सुरजीत मैं लिटरली दसा अब बहुत ज्यादा स्लो चल रहा है लगता नहीं यार मतलब तीन सौ पचहत्तर बैठे थोड़ा लग रहा है मैं स्लो चल रहा अच्छे के नहीं एक बार सारे जन समअप कर दो जिन्होंने स्लो चल रहा अब मैं क्योंकि आप लग रहा है मैं हैं बहुत ज्यादा स्लो चल रहा हूँ यार हुई तेज बहुत ज्यादा ज्यादा तेज मतलब मैं ननू को जवाब दो ननू लास्ट में करेंगे यार ये बात पता ये भटकने वाली बात है थोड़ी सी इसमें ज्यादा भटक सकते हैं हम तो एंड में करेंगे बात चलो ता ਹੁਣ ਇਹ ਜਿਹੜਾ ਫਰੇਮਵਰਕ ਆ ਤੁਹਾਡਾ ਇੰਪੋਰਟੈਂਟ ਹੋ ਜਾਊਗਾ ਸਾਡੇ ਲਈ ਤੁਹਾਡਾ ਪੜ੍ਹਨਾ ਇਹਦੇ ਬਾਰੇ ਤਾਂ UN ਦਾ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ ਚੇਂਜ ਠੀਕ ਹੈ ਇਹਦੀ ਕਹਿੰਦੇ ਇਹਨੂੰ ਇੱਕ ਐਂਡ ਇਸ ਦਾ ਪੇਰੈਂਟ ਟ੍ਰੀਟੀ ਆ ਉਹਦਾ 2015 ਦਾ ਜਿਹੜਾ ਪ੍ਰਾਇਰੀਸ ਕਲਾਈਮੇਟ ਚੇਂਜ ਐਗਰੀਮੈਂਟ ਹੋਇਆ ਸੀ 2015 ਵਿੱਚ ਇੱਕ ਪੈਰਸੀ ਐਗਰੀਮੈਂਟ ਕੀਤਾ ਯਾਰ ਧਰਤੀ ਗਰਮ ਬਹੁਤ ਹੋ ਰਹੀ ਹੈ ਕਹਿੰਦੇ ਕੁਝ ਕਰੋ ਨੇ ਤਾਂ ਕਹਿੰਦੇ ਆਪਾਂ ਵੀ ਤਪ ਜਾਾਂਗੇ ਤਾਂ ਉਹਦੇ ਲਈ ਕਹਿੰਦਾ ਇਹਦਾ ਇੱਕ ਪੇਰੈਂਟ ਟ੍ਰੀਟੀ ਸੀ ਟ੍ਰੀਟੀ ਦਾ ਨਾਂ ਕੀ ਸੀ ਯੂ ਐਨ ਐਫ ਟ੍ਰਿਪਲ ਸੀ ਯਾਨੀ ਕਿ ਯੂਨਾਈਟਿਡ ਨੇਸ਼ਨ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ ਚੇਂਜ ਟਾਰਗੇਟ ਕੀ ਹੈ ਦ ਮੇਨ ਨੇਮ ਆਫ ਦਾ ਪੈਰਿਸ ਐਗਰੀਮੈਂਟ ਇਜ਼ ਟੂ ਕੀਪ ਅ ਗਲੋਬਲ ਐਵਰੇਜ ਟੈਂਪਰੇਚਰ ਰਾਈਜ਼ ਥਿਸ ਸੈਂਚਰੀ ਵੈਲ ਬਿਲੋ 2 ਡਿਗਰੀ ਸੈਲਸੀਅਸ ਐਂਡ ਟੂ ਡਰਾਈਵ ਅਫਰਟਸ ਟੂ ਲਿਮਿਟ ਦਾ ਟੈਂਪਰੇਚਰ ਇਨਕਰੀਜ਼ ਈਵਨ ਫਰਦਰ ਟੂ 1.5 ਡਿਗਰੀ ਸੈਲਸੀਅਸ ਟੂ ਅਬੋਵ ਪ੍ਰੀ ਇੰਡਸਟਰੀਅਲ ਲੈਵਲਸ ਹੁਣ ਦੇਖੋ ਇੰਡਸਟਰੀਅਲ ਰੈਵੋਲੂਸ਼ਨ ਹੋਈ ਸੀ ਤੁਹਾਨੂੰ ਮਤਲਬ ਜਿਹਨੇ ਕੋਈ ਹਿਸਟਰੀ ਪੜ੍ਹੀ ਹੋਵੇ ਤਾਂ ਇੰਡਸਟਰੀਅਲ ਰੈਵੋਲੂਸ਼ਨ ਹੋਈ ਸੀ ਠੀਕ ਹੈ ਜ਼ੂਮ ਕੱਟ ਕਰ ਦੂ ਜ਼ੂਮ ਕੱਟ ਨਹੀਂ ਆ ਰਿਹਾ ਐਕਚੁਅਲੀ ਇਹ ਜਿਆਦਾ ਹੀ ਉਹ ਹੈ ਥੋੜਾ ਫੇਰ ਵੀ ਕੱਟ ਕਰ ਦਿੰਦਾ ਮੈਂ ਤਾਂ ਇੰਡਸਟਰੀਅਲ ਰੈਵੋਲੂਸ਼ਨ ਹੋਈ ਸੀ ਦੇਖੋ ਉਸ ਤੋਂ ਪਹਿਲਾਂ ਓਬਵੀਅਸ ਜੀ ਗੱਲ ਹੈ ਇੰਡਸਟਰੀਅਲ ਰੈਵੋਲੂਸ਼ਨ ਤੋਂ ਪਹਿਲਾਂ ਪੋਲੂਸ਼ਨ ਕਿਦਾਂ ਹੀ ਹੋਇਆ ਹੋਗਾ ਜੇ ਫੈਕਟਰੀ ਹੈ ਨਹੀਂ ਜੇ ਗੱਡੀਆਂ ਹੈ ਨਹੀਂ ਜੇ ਮਿਲਾਂ ਹੈ ਨਹੀਂ ਪੋਲੂਸ਼ਨ ਹੋਊਗਾ ਕਿਦਾਂ ਨਹੀਂ ਹੁੰਦਾ ਸੀ ਪੋਲੂਸ਼ਨ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆਈ ਤਾਂ ਧਰ ਪੋਲੂਸ਼ਨ ਆਉਣ ਲੱਗਿਆ ਤਾਂ ਆਬੀਜੀ ਗੱਲ ਹੈ ਜਿੱਦਾਂ ਦਿੱਲੀ ਵਾਲਾ ਹਾਲ ਹੋਇਆ ਵਾ ਇੱਧਰ ਪੋਲੂਸ਼ਨ ਬਹੁਤ ਹੈ ਕਲਾਈਮੇਟ ਚੇਂਜ ਹੋਣ ਲੱਗਿਆ ਗਰਮੀ ਬਹੁਤ ਜ਼ਿਆਦਾ ਪੈਣ ਲੱਗੀ ਸਰਦੀ ਬਹੁਤ ਜ਼ਿਆਦਾ ਪੈਣ ਲੱਗੀ ਤਾਂ ਉਹ ਸਾਬ ਹੋ ਰਿਹਾ ਸੀਗਾ ਤਾਂ ਇਹਨਾਂ ਨੇ ਫਿਰ ਇਹ ਕਿਹਾ ਕਿ ਹੁਣ ਜ਼ਿਆਦਾ ਧਰਤੀ ਹੋਰ ਜ਼ਿਆਦਾ ਗਰਮ ਹੋ ਰਹੀ ਹੈ ਹੋਰ ਜ਼ਿਆਦਾ ਪੋਲੂਸ਼ਨ ਹੋ ਰਿਹਾ ਹੈ ਜਿਹੜਾ 2015 ਵਿੱਚ ਪੈਰੀਸ ਵਾਲੀ ਟ੍ਰੀਟੀ ਹੋਈ ਉਹਦੇ ਵੀ ਜੇ ਡਿਸਾਈਡ ਕੀਤਾ ਗਿਆ ਕਿ ਜਿਹੜਾ ਇਹ ਵਾਲੀ ਸੈਂਚਰੀ ਆਇਆ ਨੇ ਕਿ 2000 ਤੋਂ ਲੈ ਕੇ 2100 ਤੱਕ ਦੀ ਸੈਂਚਰੀ ਹੈ ਇਹ 100 ਸਾਲ ਨੇ हां 2000 ਤੋਂ ਲੈ ਕੇ 2100 ਤੱਕ ਦੀ ਸੈਂਚਰੀ 100 ਸਾਲ ਨੇ ਇਹਨਾਂ 100 ਸਾਲਾਂ ਵਿੱਚ ਆਪਣਾ ਜਿਹੜਾ ਟੈਂਪਰੇਚਰ ਹੈ ਮੰਨ ਲਓ ਕਿ ਇੰਡਸਟਰੀਅਲ ਰੈਵੋਲੂਸ਼ਨ ਤੋਂ ਬਾਅਦ ਇਹਨੇ ਟੈਂਪਰੇਚਰ ਸੀਗਾ ਇਹ ਲਿਖਿਆ ਨਾ ਪ੍ਰੀ ਇੰਡਸਟਰੀਅਲ ਲੈਵਲ ਕਿ ਇੰਡਸਟਰੀਅਲ ਰੈਵੋਲੂਸ਼ਨ ਤੋਂ ਪਹਿਲਾਂ ਪ੍ਰੀ ਲਿਖਿਆ ਕਿਉਂਕਿ ਇਹਨਾਂ ਨੇ ਪ੍ਰੀ ਪਹਿਲਾਂ ਮੰਨ ਲਓ ਧਰਤੀ ਦਾ ਟੈਂਪਰੇਚਰ 30 ਡਿਗਰੀ ਸੀਗਾ ਤਾਂ ਟਰਾਈ ਕਰੋਗੇ ਸਿਰਫ ਆਪਾਂ 32 ਡਿਗਰੀ ਤੱਕ ਲੈ ਜਾਈਏ ਜਾਂ ਫਿਰ ਹੋ ਸਕੇ ਤਾਂ 31.5 ਡਿਗਰੀ ਤੱਕ ਬੇਸਿਕ ਜੀ ਗੱਲ ਹੈ टेंपरेचर आपको बदल नहीं देना कुछ भी करके मोदी जी ने कहा 2070 तक आपको नेट जीरो कर देना इलेक्ट्रिक गड्डियां आ रही ने बहुत सारिया हाइड्रोजन फ्यूल्ड गड्डियां आ रही ने बहुत सारे किश्ती आ चुकी है बस आ चुकी है हाइड्रोजन फ्यूल यार कोचिन शिप यार्ड ने किश्ती कटती है यार हाइड्रोजन फ्यूल आप कल परसों पेड क्लास से पढ़ के हटे हैं याद है पेड क्लास वाला है थे कोई पेड क्लास वाला है थे कोई है ना आप पढ़िया शिप यार्ड ने किश्ती कटती है हाइड्रोजन नाल चलन वाली ਉਹਟਾ ਨੇ ਗੱਡੀ ਕੱਟਦੀ ਹੈ ਹਾਈਡਰੋਜਨਾਂ ਚੱਲਣ ਵਾਲੀ ਅੱਜ ਆਪਾਂ ਪੜਾਂਗੇ ਨਿਤਿਨ ਗੜਕਰੀ ਜੀ ਨੇ ਡਬਲ ਡੈਕਰ ਬੱਸ ਇੰਡੀਆ ਦੀ ਪਹਿਲੀ ਡਬਲ ਡੈਕਰ ਬੱਸ ਇਲੈਕਟ੍ਰਿਕ ਬੱਸ ਕੱਢੀ ਹੈ ਤਾਂ ਉਹੀ ਉਹਦੇ ਕਰਕੇ ਹੋ ਰੇ ਕਾਦੇ ਕਰਕੇ ਹੋ ਰੇ ਇਹੀ ਜਿਹੜਾ 2015 ਦਾ ਪੈਰਿਸ ਕਲਾਈਮੇਟ ਚੇਂਜ ਦਾ ਕਹਿੰਦੇ ਵੀ 2 ਡਿਗਰੀ ਨਹੀਂ ਤਾਂ ਟਰਾਈ ਕਰੋ ਮਿਨਿਮਮ ਟੂ ਮਿਨਿਮਮ 1.5 ਡਿਗਰੀ ਬਸ ਚਲੋ ਉਸ ਟਾਈਮ ਤੱਕ ਆਪਾਂ ਰਹਿਣਾ ਨਹੀਂ ਹਾਂ ਉਹ ਅਸੀਂ ਕੱਲ ਤੱਕ ਨਹੀਂ ਰਹਿਣਾ ਹੈਨਾ ਜਦੋਂ ਕੱਲ ਜਿਹੜਾ ਹੋਊਗਾ 2100 ਵਾਲਾ ਨਹੀਂ ਰਹਿਣਾ ਆਬਵੀਅਸਲੀ ਅਸੀਂ ਉਦੋਂ ਤੱਕ ਬਟ ਇਹ ਥੋੜੀ ਹੈ ਕਿ ਅਸੀਂ ਤਾਂ ਰਹਿਣਾ ਨਹੀਂ ਧੱਕਾ ਕਰੀ ਜਾ ਕੋਸ਼ਿਸ਼ ਕਰੀ ਜਾ ਹੈਨਾ ਸਾਡਾ ਚੱਲਦਾ ਧੱਕਾ ਸੀ ਤਾਂ ਕਰਦੇ ਨਹੀਂ ਇੰਨਾ ਨਹੀਂ ਚੱਲਣਾ ਨਾ ਚਲੋ ਫਾਰਮਰ ਬੀਸੀਸੀਆਈ ਸਕੱਟਰੀ ਅਮਿਤਆਬ ਚੌਧਰੀ ਪਾਸਿਸ ਅਵੇ ਬਹੁਤ ਇੰਪੋਰਟੈਂਟ ਬੰਦੇ ਸੀਗੇ ਇਹਨਾਂ ਦੀ ਡੈਥ ਹੋਈ ਹੈ ਇਹਨਾਂ ਬਾਰੇ ਦੋ ਚਾਰ ਗੱਲਾਂ ਅਮਿਤਪ ਚੌਧਰੀ ਫਾਰਮਰ ਬੀਸੀਸੀਆਈ ਦੇ ਐਕਟਿੰਗ ਸੈਕਟਰੀ ਤੇ ਪ੍ਰੈਜ਼ੀਡੈਂਟ ਸੀਗੇ ਝਾਰਖੰਡ ਸਟੇਟ ਕ੍ਰਿਕਟ ਐਸੋਸੀਏਸ਼ਨ ਦੇ ਇਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਬਸ ਇੰਨੀ ਗੱਲ ਧਿਆਨ ਰੱਖਿਓ ਬਾਕੀ ਇਨਫੋਰਮੇਸ਼ਨ ਵੈਸੇ ਰੀਡ ਜ਼ਰੂਰ ਕਰ ਲਓ ਬਟ ਅਮਿਤਪ ਚੌਧਰੀ ਐਕਟਿੰਗ ਸੈਕਟਰੀ ਰਹੇ ਸੀਗੇ ਕਿਦੇ ਬੀਸੀਸੀਆਈ ਦੇ ਤੇ ਕਿਹੜੇ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸੀਗੇ ਝਾਰਖੰਡ ਦੇ ਤੇ ਇਹਨਾਂ ਨੇ ਕਿਹਨੂੰ ਮਤਲਬ ਕੌਣ ਆਇਆ ਝਾਰਖੰਡ ਤੋਂ ਸਾਨੂੰ ਸਾਰਿਆਂ ਨੂੰ ਪਤਾ ਹੈ ਮਹਿੰਦਰ ਸਿੰਘ ਧੋਨੀ ਹੈ ਨਾ ਧੱਕਾ ਨਾ ਕਰੋ ਵੀਜੀ ਹੌ ਇਹ ਇਹ ਦੇਖੋ ਇਹ ਵਾਲੀ ਮੈਂਟੈਲਿਟੀ ਥੋੜੀ ਜਿਹੀ ਬਦਲ ਗਈ ਅੱਜ ਕਿਰ ਰਾਏ ਬਣ ਚੁੱਕੇ ਨੇ ਨਵੇਂ ਐਮਡੀ ਆਫ ਨੈਬਫਿਡ ਤਾਂ ਜੀ ਕਾਫੀ ਸਾਰੇ ਅਪਾਇੰਟਮੈਂਟਸ ਨੇ ਜਿੱਦਾਂ ਤੁਸੀਂ ਦੇਖ ਰਹੇ ਹੋਣੇ ਹੈਨਾ ਕਾਫੀ ਸਾਰੇ ਅਪਾਇੰਟਮੈਂਟਸ ਨੇ ਅੱਜਕਲ ਤਾਂ ਕੀ ਲਿਖਿਆ ਹੈ ਚਲੋ ਅੱਛਾ ਚਲੋ ਦ ਸੈਂਟਰ ਐਂਡ ਦ ਬੋਰਡ ਆਫ ਦ ਨੈਸ਼ਨਲ ਬੈਂਕ ਫਾਰ ਫਾਈਨੈਂਸਿੰਗ ਇਨਫਰਾਸਟ੍ਰਕਚਰ ਡਿਵੈਲਪਮੈਂਟ ਤਾਂ ਇਹਦੀ ਫੁੱਲ ਫਾਰਮ ਧਿਆਨ ਰੱਖ ਲਓ ਕਿਉਂਕਿ ਅਜੀਬ ਅਜੀਬ ਜੀ ਅੱਜ ਕੱਲ ਆਰਗੇਨਾਈਜੇਸ਼ਨ ਨੇ ਸਾਨੂੰ ਪਤਾ ਵੀ ਨਹੀਂ ਜਿਹੜੀਆਂ ਤਾਂ ਨੈਸ਼ਨਲ ਬੈਂਕ ਫਾਰ ਫਾਈਨੈਂਸਿੰਗ ਇਨਫਰਾਸਟ੍ਰਕਚਰ ਐਂਡ ਡਿਵੈਲਪਮੈਂਟ ਹੈਜ਼ ਅਪਾਇੰਟਡ ਰਾਜ ਕਿਰਨ ਰਾਏ ਜੀ ਐਜ਼ ਅ ਐਮਡੀ ਫਾਰ ਨੈਕਸਟ 5 ਇਅਰਸ ਬਸ ਇੰਨੀ ਗੱਲ ਧਿਆਨ ਰੱਖਣੀ ਹੈ ਨੈਸ਼ਨਲ ਬੈਂਕ ਫਾਰ ਫਾਈਨੈਂਸਿੰਗ ਇਨਫਰਾਸਟ੍ਰਕਚਰ ਐਂਡ ਡਿਵੈਲਪਮੈਂਟ ਨਾਮ ਤੋਂ ਹੀ ਕਲੀਅਰ ਹੈ ਇਨਫਰਾਸਟ੍ਰਕਚਰ ਨੂੰ ਫੰਡ ਕਰਨ ਲਈ ਠੀਕ ਹੈ ਇਨਫਰਾਸਟ੍ਰਕਚਰ ਨੂੰ ਫੰਡ ਕਰਨ ਲਈ ਹੈਨਾ ਚਲੋ ਨਕੀ ਦਾ ਨਾ ਰਾਜਕਿਰਨ رائے ਚਲੋ ਸੈਂਟਰ ਅਪਰੂਵਸ ਇਹਨੂੰ ਬਾਅਦ ਚ ਪੜਦੇ ਆਪਾਂ ਇਹ ਕਰਦੇ ਪਹਿਲਾਂ IRCTC ਠੀਕ ਹੈ ਜੀ IRCTC ਇਹਨਾਂ ਨੇ ਤੇ BSF ਨੇ ਇੱਕ MoU ਸਾਈਨ ਕੀਤਾ ਟੂ ᱮਨਸ਼ੋਰ ਸੇਫਟੀ ਐਂਡ ਸਿਕਿਉਰਿਟੀ ਆਫ ਬੁਕਿੰਗ ਡਾਟਾ ਅਦਰ ਫੈਸਿਲਿਟੀਆਂ ਲੱਗਦਾ ਕੋਈ মিডিਆ ਵਿੱਚ ਹੈਗਾ ਉਹ ਨਹੀਂ 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 ਕੋਈ ਨਹੀਂ ਹੈਗਾ মিডিਆ ਵਿੱਚ ਅਜ ਤੱਕ ਨਹੀਂ ਮੈਂ ਗੱਲ ਕੀਤੀ ਕੱਲ ਮੇਰੇ ਵੈਸੀ ਧਿਆਨ ਆਇਆ ਜਦੋਂ ਪੇਡ ਕਲਾਸ ਚ ਪੜਾ ਰਿਹਾ ਸੀ ਨਾ ਆਪਾਂ ਰਿਵੀਜ਼ਨ ਕਰ ਰਹੇ ਸੀਗੇ ਆਪਾਂ ਕੀਤੀ ਰਿਵੀਜ਼ਨ ਮਈ ਦੇ ਮਹੀਨੇ ਦੀ ਉਦੋਂ ਨੈਸ਼ਨਲ ਕਮਿਸ਼ਨ ਫਾਰ ਔਮਨ ਨਾਲ ਇਹਨਾਂ ਸੈਮੀਨਾਰ ਦਾ ਰੱਖਿਆ ਸੀ ਉਹਦੇ ਬਾਰੇ ਗੱਲਬਾਤ ਕੀਤੀ ਸੀ ਚਲੋ ਤਾਂ ਜੀ ਆਈਐਸਸੀਟੀਸੀ ਤੇ ਨਾਲ ਨਾਲ ਬਾਰਡਰ ਸਿਕਿਉਰਿਟੀ ਫੋਰਸ ਨੇ ਇੱਕ ਐਮਓਯੂ ਸਾਈਨ ਕੀਤਾ ਟੂ ਐਨਸ਼ੂਰ ਸੇਫਟੀ ਐਂਡ ਸਿਕਿਉਰਿਟੀ ਆਫ ਬੁਕਿੰਗ ਡਾਟਾ ਤੇ ਅਦਰ ਫੈਸਿਲਿਟੀਆਂ ਕਿਨਾਂ ਲਈ ਬੀਐਸਐਫ ਵਾਲਿਆਂ ਲਈ ਤਾਂ BSF ਨੇ ਇਸ MOU ਸਾਈਨ ਕੀਤਾ ਹੈ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਬੇਸਿਕ ਜੀ ਫੁੱਲ ਫਾਰਮ ਹੈ ਧਿਆਨ ਰੱਖਣੀ ਹੈ ਟੂ ਐਨਸ਼ੋਰ ਦਾ ਸੇਫਟੀ ਐਂਡ ਸਿਕਿਉਰਿਟੀ ਆਫ ਬੁਕਿੰਗ ਡਾਟਾ ਅੰਡਰ ਇਟਸ ਈ ਟਿਕਟ ਸਰਵਿਸ ਫਾਰ ਟਰੂਪਸ ਆਫ ਇੰਡੀਆਸ ਬਾਰਡਰ ਗਾਰਡਿੰਗ ਫੋਰਸ ਜੋ ਵੀ ਕਹਿੰਦੇ ਤੁਹਾਡਾ ਸਮਾਨ ਹੋਊਗਾ ਤੁਹਾਡੀ ਟਿਕਟਾਂ ਟੁਕਟਾਂ ਜਿੱਦਾਂ ਵੀ ਬੁੱਕ ਕਰਨੀਆਂ ਨੇ ਕਹਿੰਦੇ ਅਸੀਂ ਉਹਦੀ ਸਿਕਿਉਰਿਟੀ ਉੱਤੇ ਧਿਆਨ ਰੱਖਾਂਗੇ ਠੀਕ ਹੈ ਠੀਕ ਹੈ ਅਸੀਂ ਉਤੇ ਉਤੇ ਇਹ ਧਿਆਨ ਰੱਖਾਂਗੇ ਇਹ the pack will ensure the facility extra baggage ਹੋਊਗਾ lounge ਹੋਊਗਾ cargo ਵਗੈਰਾ ਤੁਹਾਨੂੰ ਦੇ ਦੋਗੇ ਕੈਨਸਲੇਸ਼ਨ ਜਿੱਦਾਂ ਵੀ bsf ਵਾਲਿਆਂ ਲਈ ਹੁਣ ਤੁਹਾਡੇ ਲਈ ਸਵਾਲ ਹੈ bsf ਦੇ ਪ੍ਰਧਾਨ ਦਾ ਨਾਮ ਦੱਸੋ ਤੁਸੀਂ ਫਸਟ ਟਾਈਮ ਗੱਲ ਕੀਤੀ ਕਿਸਾਨਾ ਬਾਰੇ ਹਾਂ ਮੈਨੂੰ ਪਤਾ ਮੈਂ ਉਹੀ ਤਾਂ ਕਹਿ ਰਿਹਾ ਮੈਂ ਤਾਂ ਆਪ ਹੈਰਾਨ ਹੋ ਰਿਹਾ ਮੈਂ ਪਤਾ ਨਹੀਂ ਕਿ ਕਿਨੂੰ ਦੇਖ ਲੈਣੇ ਮੇਰੀ ਕਲਾਸ ਚਲੋ ਦੱਸੋ ਛੇਤੀ ਛੇਤੀ ਇਹ ਕਹਿੰਦਾ ਕਿ ਫਿਰ ਝੂਠ ਦਿਖਾਣਾ ਵੀ ਤਾਂ ਗਲਤ ਹੈ ਦੇਖੋ ਯਾਰ ਸਭ ਕੀ ਆਪਣਾ ਆਪਣਾ ਕੰਮ ਹੈ ਠੀਕ ਹੈ ਮੈਂ ਉਹਨਾਂ ਉੱਤੇ ਨਾ ਉਹਨਾਂ ਤੇ ਕਮੈਂਟ ਕਰਨਾ ਆਪਣੇ ਵਾਲੇ ਉੱਤੇ ਕਮੈਂਟ ਕਰ ਰਿਹਾ ਮੈਂ ਬਸ ਇਹ ਕਹਿ ਰਿਹਾ ਥੋੜਾ ਜਾ ਆਪਣੇ ਆਪ ਨੂੰ ਉਹਨਾਂ ਦੇ ਕੀ ਕਹਿੰਦੇ ਆ ਆਪਣੇ ਉਹਨਾਂ ਨੂੰ ਆਪਣੇ ਆਪ ਨੂੰ ਉਹਨਾਂ ਦੀ ਥਾਂ ਥੋੜਾ ਜਿਹਾ ਰੱਖ ਕੇ ਦੇਖੋ ਕਿ ਹੋ ਜਾ ਲੱਗੂਗਾ ਹੁਣ ਯਾਰ ਕੰਮ ਐ ਉਹ ਕੰਮ ਐ ਉਹ ਆਪਾਂ ਕੋਈ ਕੰਮ ਕਰਦੇ ਹੁੰਦੇ ਕਈ ਲੋਕ ਇਹੋ ਜਿਹੇ ਕੰਮ ਕਰਦੇ ਹੁੰਦੇ ਆਪਾਂ 10 10 ਵੀ ਨਹੀਂ ਸਕਦੇ ਹੁੰਦੇ ਬਟ ਕੰਮ ਤਾਂ ਕੰਮ ਐ ਨਾ ਯਾਰ ਹੁਣ ਕੋਈ ਬੂਟ ਪਾਲਚਾ ਕਰ ਰਿਹਾ ਉਹ ਵੀ ਕੰਮ ਹੈ ਨਾ ਕੋਈ ਵੇਟਰ ਲੱਗਿਆ ਹੋਇਆ ਉਹ ਵੀ ਕੰਮ ਹੈ ਕੋਈ ਭਾਂਡੇ ਮਾਜ ਰਿਹਾ ਉਹ ਵੀ ਕੰਮ ਹੈ ਕੋਈ ਸਫ ਰਾਮੈਣਾ ਸਾਰੇ ਤੁਹਾਡੇ ਘਰ ਦੇ ਬਾਹਰ ਜਿਹੜਾ ਕੂੜਾ ਚੱਕ ਕੇ ਲੈ ਕੇ ਜਾ ਰਿਹਾ ਉਹ ਵੀ ਕੰਮ ਹੈ ਕੰਮ ਤਾਂ ਕੰਮ ਹੈ ਯਾਰ ਕੰਮ ਨੂੰ ਥੋੜੀ ਤੁਸੀਂ ਕਹਿ ਸਕਦੇ ਹੋ ਬਾਕੀ ਦੇਖੋ ਇਹ ਮੇਰਾ ਪੁਆਇੰਟ ਆਫ View ਜੀ ਕਿਸੇ ਨੂੰ ਬੁਰਾ ਲੱਗਿਆ ਤਾਂ ਰੀਲੀ ਸੌਰੀ ਠੀਕ ਹੈ ਚਲੋ ਐਮਓਏ ਸਾਈਨ ਕੀਤਾ ਬਸ ਬੇਸਿਕ ਜੀ ਗੱਲ ਹੈ ਬੀਐਸਐਫ ਤਬੀਅ ਇਹਦੇ ਪ੍ਰਧਾਨ ਦਾ ਨਾ ਪੰਕਜ ਸਿੰਘ ਠੀਕ ਹੈ ਚਲੋ ਪੰਕਜ ਕੁਮਾਰ ਸਿੰਘ 1965 ਨਿਊ ਡელი ਇੰਡੀਆ ਚਲੋ ਹਾਂਜੀ ਤਾਂ ਦਹੀਂ ਹਾਂਡੀ ਰਿਕਗਨਾਈਜ਼ ਐਸ ਐਨ ਅਫੀਸ਼ੀਅਲ ਸਪੋਰਟ ਆਫ ਮਹਾਰਾਸ਼ਟਰਾ ਤਾਂ ਜੀ ਦਹੀਂ ਹਾਂਡੀ ਤੁਹਾਨੂੰ ਪਤਾ ਹੈ ਕੱਲ ਜਨਮਾਸ਼ਟਮੀ ਸੀਗੀ ਤਾਂ ਮਹਾਰਾਸ਼ਟਰਾ ਵਾਲੀ ਸਾਈਡ ਦਹੀਂ ਹਾਂਡੀ ਜਿਹੜਾ ਹੁੰਦਾ ਹੈ ਇਹ ਜਿਹੜਾ ਪ੍ਰੋਗਰਾਮ ਤੁਸੀਂ ਦੇਖਦੇ ਹੋ ਪੂਰਾ ਐ ਪਹਾੜ ਦਲਾਂਦੇ ਨੇ ਉੱਤੇ ਚੜ ਕੇ ਫਿਰ ਮਟਕੀ ਫੋੜਦੇ ਨੇ ਇਹ ਵਾਲਾ ਜਿਹੜਾ ਪ੍ਰੋਗਰਾਮ ਹੈ ਇਹ ਵਾਲਾ ਜਿਹੜਾ ਮਤਲਬ ਸਾਰਾ ਪ੍ਰੋਗਰਾਮ ਕਹਿੰਦਾ ਇਹ ਵਾਲੀ ਜਿਹੜੀ ਗੇਮ ਹੈ ਇਹਨੂੰ ਅਫੀਸ਼ੀਅਲ ਸਪੋਰਟ ਡਿਕਲੇਅਰ ਕਰਤਾ ਮਹਾਰਾਸ਼ਟਰਾ ਵਾਲਿਆਂ ਨੇ ਕਹਿੰਦੇ ਜੀ ਮੁੱਖ ਮੰਤਰੀ ਏਕਨਾਥ ਛਿੰਦਨ ਅਨਾਉਂਸ ਕੀਤਾ ਕਿ ਦਹੀ ਹਾਂਡੀ will be recognized as an official sport the state is set to organize a pro dahi handi competition ਕੰਪੀਟੀਸ਼ਨ ਹੋਗਾ ਕੰਪਲੀਸ਼ਨ ਲਿਖਤਾ ਗਲਤੀ ਤੋਂ ਮਹਾਰਾਸ਼ਟਰ ਗਵਰਨਮੈਂਟ ਨੇ ਇਹ ਵੀ ਕਿਹਾ ਕਿ ਜਿਹੜੇ ਕਿ ਉਹਦੇ ਵਿੱਚ ਪੂਰਾ ਉਹ ਬਣਾਉਂਦੇ ਨੇ ਨਾ ਐ ਕਰਕੇ ਉਹ ਆਲਾ ਪੂਰਾ ਉਹਨਾਂ ਨੂੰ ਇੱਕ ਜੌਬ ਦਿੱਤੀ ਜਾਊਗੀ ਅੰਡਰ ਸਪੋਰਟਸ ਕੈਟਾਗਰੀ ਦੇਖ ਰਹੇ ਹੋ ਅੰਡਰ ਸਪੋਰਟਸ ਕੈਟਾਗਰੀ ਨੇ ਜੌਬ ਦਿੱਤੀ ਜਾਊਗੀ ਤੇ ਜੇ ਕੋਈ ਗੋਵਿੰਦਾ ਮਤਲਬ ਉਹਦੀ ਕੋਈ ਆਪਣੀ ਜਾਨ ਨੂੰ ਖੋ ਹੋ ਜਾਂਦਾ ਹੈ ਜਾਨੀ ਕਿ ਡੈਥ ਹੋ ਜਾਂਦੀ ਹੈ ਉਹਦੀ ਤਾਂ ਉਹਦੀ 10 ਲੱਖ ਤੱਕ ਦੀ ਇੰਸ਼ੋਰੈਂਸ ਹੋਊਗੀ ਜੇ ਹੈਂਡੀਕੈਪ ਹੋ ਜਾਂਦਾ ਹੈ ਤਾਂ ਉਹਨੂੰ 5 ਲੱਖ ਰੁਪਏ ਗਵਰਨਮੈਂਟ ਆਫ ਮਹਾਰਾਸ਼ਟਰ ਦੇਊਗੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੋਇਆ ਆਪਣੇ ਆਪਣੇ ਬੰਦੇ ਲਈ ਹੈ ਨਾ ਇਹ ਸਟੇਟ ਸਟੇਟ ਵਾਲੇ ਹੁੰਦੇ ਨੇ ਨਹੀਂ ਨਹੀਂ ਆਪਣੇ ਬੰਦੇ ਕਿਉਂ ਨਹੀਂ ਸਮਝ ਸਕਦੇ ਐ ਥੋੜੀ ਯਾਰ ਸਮਝਾਉਂਗੇ ਆਪਾਂ ਗੱਲਾਂ ਬਾਤਾਂ ਕਰੂ ਆਪਾਂ ਲੜ ਥੋੜੀ ਰਹੇ ਆ ਯਾਰ ਜਨਰਲ ਡਿਸਕਸ਼ਨ ਹੁੰਦੀ ਹੈ ਮੇਰਾ ਮੈਂ ਦੱਸਿਆ ਕਿ ਮੈਨੂੰ ਐ ਲੱਗਦਾ ਹੈ ਤੁਹਾਡੇ ਵੱਲੋਂ ਇਹ ਆਇਆ ਕਿ ਯਾਰ ਸਰ ਝੂਠ ਨਹੀਂ ਝੂਠ ਬੋਲ ਰਹੇ ਹੋ ਫਿਰ ਬੋਲ ਰਹਾ ਝੂਠ ਵੀ ਕੀ ਬੋਲ ਰਹੇ ਹੋ ਕਮ ਹੈ ਉਹਨਾਂ ਦਾ ਆਪਣੇ ਵਾਲੇ ਨੂੰ ਇਹ ਲੱਗਦਾ ਹੈ ਉਹਨਾਂ ਦਾ ਇੱਕ ਉਹ ਯਾਰ ਡਿਬੇਟ ਹੁੰਦੀ ਹੈ ਐ ਨਹੀਂ ਹੁੰਦਾ ਕਿ ਨਹੀਂ ਆਪਣੇ ਵਾਲੇ ਨਹੀਂ ਸਮਝੋਗੇ ਐ ਥੋੜੀ ਕਹਿੰਦਾ ਹੁੰਦਾ ਚਲੋ ਤਾਂ ਆਪਣਾ ਦਹੀ ਹਾਂਡੀ ਕੰਪੀਟੀਸ਼ਨ ਮਹਾਰਾਸ਼ਟਰ ਵਿੱਚ ਬਣ ਚੁੱਕਾ ਹੈ ਅਫੀਸ਼ੀਅਲ ਸਪੋਰਟ ਮੁੱਖ ਮੰਤਰੀ ਇੱਕਨਾਤ ਛਿੰਦੇ ਕੈਪੀਟਲ ਮੁੰਬਈ ਆਬਵੀਅਸਲੀ ਤੇ ਚੀਫ ਮਿਨਿਸਟਰੀ ਗਵਰਨਰ ਭਗਤ ਸਿੰਘ ਕੋਸ਼ਿਆਰੀ ਠੀਕ ਹੈ ਯਾਰ ਵਿਕਾਸਾ ਉਹਨਾਂ ਮੈਨੂੰ ਪਤਾ ਉਹ ਸਾਰੀਆਂ ਗੱਲਾਂ ਮੈਂ ਅੱਡ ਰੱਖ ਕੇ ਅੱਡ ਰੱਖ ਕੇ ਠੀਕ ਹੈ ਉਹਨਾਂ ਸਾਰੀਆਂ ਗੱਲਾਂ ਨੂੰ ਕਿ ਇੰਟਰਵਿਊ ਕੁਝ ਸੀ ਦਿਖਾਇਆ ਕੁਝ ਉਹ ਮੈਨੂੰ ਸਭ ਪਤਾ ਕਿ ਹਾਂ ਉਹ ਹੋਇਆ ਕੀ ਸੀ ਉਹਨਾਂ ਨੇ ਅੱਧਾ ਦਿਖਾਤਾ ਜਿਹੜੀ ਉਹ ਚੱਲ ਰਿਆ ਸੀ ਉਹ ਦਿਖਾਇਆ ਨਹੀਂ ਮੈਨੂੰ ਪਤਾ ਕਿਸਾਨਾ ਦੁਲਰ ਵਿੱਚ ਕੀ ਹੋਇਆ ਮੈਂ ਵੀ ਘਰੇ ਸੀ ਬੈਠਾ ਮੈਂ ਵੀ ਦੇਖ ਰਿਆ ਸੀ ਕਿ ਕੀ ਕੁਝ ਚੱਲ ਰਿਆ ਸੀ ਉੱਥੇ ਮੇਰਾ ਪੁਆਇੰਟ ਉਹ ਨਹੀਂ ਹੈ ਮੇਰਾ ਪੁਆਇੰਟ ਬਸ ਉਹ ਹੈ ਜਿਹੜਾ ਚਲੋ ਕਿਰਨਪ੍ਰੀਤ ਪਤਾ ਹੈ ਮੇਰ ਕੋ ਕਿਰਨਪ੍ਰੀਤ ਆਈ نو ਆਈ نو ਤੁਸੀਂ ਮੇਰੀ ਗੱਲ ਹੀ ਨਹੀਂ ਸਮਝ ਰਹੇ ਯਾਰ ਤੁਸੀਂ ਮੇਰੀ ਗੱਲ ਹੀ ਨਹੀਂ ਸਮਝ ਰਹੇ ਮੈਂ ਕਹਿਣਾ ਕੀ ਚਾਹ ਰਿਹਾ ਚਲੋ ਐਨੀਵੇ ਚਲੋ ਤਾਂ ਜੀ ਮਾਸਟਰ ਕਾਰਡ ਟਾਈ ਅਪ ਵਿਦ ਬੈਡਮਿੰਟਨ ਪਲੇਅਰਸ ਟੂ ਪ੍ਰੋਮੋਟ ਡਿਜੀਟਲ ਪੇਮੈਂਟਸ ਇਨ ਇੰਡੀਆ ਤਾਂ ਪਿਛਲੇ ਸਾਲ ਤੁਹਾਨੂੰ ਪਤਾ ਹੋਵੇ ਜੂਨ ਵਿੱਚ ਮਾਸਟਰ ਕਾਰਡ ਨੂੰ ਬੈਨ ਕਰਤਾ ਸੀ ਆਰਬੀਆਈ ਨੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਮਾਸਟਰ ਕਾਰਡ ਨੂੰ ਬੈਨ ਕਰਤਾ ਸੀ ਕਿਉਂ ਬੈਨ ਕਰਤਾ ਸੀ ਕਿਉਂਕਿ ਕੁਝ ਕਹਿੰਦੇ ਰੂਲਸ ਐਂਡ ਰੈਗੂਲੇਸ਼ਨ ਸੀਗੇ ਵੀ ਜਿਹੜਾ ਡਾਟਾ ਵਗੈਰਾ ਸੀਗਾ ਡਾਟਾ ਵਗੈਰਾ ਕਹਿੰਦੇ ਇੰਡੀਆ ਤੋਂ ਬਾਹਰ ਸਟੋਰ ਕਰ ਰਹੇ ਸੀਗੇ ਇਹ ਇਹਨਾਂ ਨੂੰ ਬੈਨ ਕਰਤਾ ਤੇ ਰੀਸੈਂਟਲੀ ਇਹਨਾਂ ਦਾ ਬੈਨ ਓਪਨ ਕਰਤਾ ਤਾਂ ਇਹਨਾਂ ਨੇ ਕੁਝ ਬੈਡਮਿੰਟਨ ਪਲੇਅਰਸ ਨੇ ਨੇਮਲੀ ਦੇਖ ਲਓ ਲਕਸ਼ਯ ਸੇਨ ਕਿਦੰਬਿ ਸ਼੍ਰੀਕਾਂਤ ਸਤਵਿਕ ਸਰਾਜ ਰੰਗ ਕੀ ਰੈਡੀ ਤੇ ਚਿਰਾਗ ਸ਼ੈਟੀ ਇਹਨਾਂ ਨੂੰ ਮਾਸਟਰ ਕਾਰਡ ਨੇ ਆਪਣਾ ਬ੍ਰਾਂਡ ਅੰਬੈਸਡਰ ਰੱਖ ਲਿਆ ਡਿਜੀਟਲ ਟ੍ਰਾਂਜੈਕਸ਼ਨਸ ਨੂੰ ਹੱਲਾਸ਼ੇਰੀ ਦੇਣੀ ਡਿਜੀਟਲ ਪੇਮੈਂਟਸ ਨੂੰ ਹੱਲਾਸ਼ੇਰੀ ਦੇਣੀ ਠੀਕ ਹੈ ਅਰੇ ਮੈਨੂੰ ਮੈਨੂੰ ਪਤਾ ਕੀ ਕਰਦੇ ਸੀ ਤੁਸੀਂ ਮੇਰਾ ਪੁਆਇੰਟ ਤੁਸੀਂ ਦੇਖਿਆ ਉਹੀ ਉਹੀ ਗੱਲ ਕਰਦੇ ਤੁਸੀਂ ਮੇਰਾ ਪੁਆਇੰਟ ਹੀ ਪੁੱਠੇ ਪਾਸੇ ਲੈ ਕੇ ਚਲੇਗੇ ਚਲੋ ਤੁਸੀਂ ਮੇਰਾ ਪੁਆਇੰਟ ਹੀ ਪੁੱਠੇ ਪਾਸੇ ਲੈ ਕੇ ਚਲੇਗੇ ਸਕਾਟਲੈਂਡ ਬਿਕਮਸ ਫਰਸਟ ਨੇਸ਼ਨ ਟੂ ਮੇਕ ਪੀਰੀਅਡ ਪ੍ਰੋਡਕਟਸ ਅਵੇਲੇਬਲ ਟੂ एवरीवन ਤਾਂ ਜਿਹੜੀ ਸੈਨੀਟਰੀ ਹੈਲਥ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਤਾਂ ਸਕਾਟਲੈਂਡ ਜਿਹੜੀ ਕੰਟਰੀ ਹੈ ਸਕਾਟਲੈਂਡ ਤੁਹਾਨੂੰ ਪਤਾ ਕਿੱਥੇ ਹੈ ਤਾਂ ਜਿਹੜਾ ਯੂਕੇ ਹੈ ਯੂਨਾਈਟਿਡ ਕਿੰਗਡਮ ਹੈ ਉਹਦੇ ਵਿੱਚ ਸਕਾਟਲੈਂਡ ਹੈ ਵੇਲਸ ਹੈ ਇੰਗਲੈਂਡ ਹੈ ਤੇ ਨਾਰਦਰਨ ਆਇਰਲੈਂਡ ਹੈ ਸਕਾਟਲੈਂਡ ਇੰਗਲੈਂਡ ਵੇਲਸ ਤੇ ਨਾਰਦਰਨ ਆਇਰਲੈਂਡ ਠੀਕ ਹੈ ਇਹ ਤੇ ਇੰਗਲੈਂਡ ਇੰਗਲੈਂਡ ਆਪਣਾ ਇਕੱਲਾ ਹੈ ਤੇ ਗ੍ਰੇਟ ਬ੍ਰਿਟਨ ਵਿੱਚ ਆਇਰਲੈਂਡ ਵੀ ਜੁੜ ਜਾਂਦਾ ਤੁਹਾਨੂੰ ਇੱਕ ਵਾਰ ਮੈਂ ਉਹ ਦਿਖਾ ਦੇਣਾ ਠੀਕ ਹੈ ਇੱਕ ਵਾਰ ਤੁਹਾਨੂੰ ਮੈਂ ਐਪ ਤੇ ਦਿਖਾ ਦੇਣਾ ਕੀ ਹੁੰਦਾ ਯੂਕੇ ਗ੍ਰੇਟ ਬ੍ਰਿਟਨ ਤੇ ਸਕਾਟਲੈਂਡ ਵਿੱਚ ਫਰਕ ਆ ਯੂਕੇ ਗ੍ਰੇਟ ਬ੍ਰਿਟਨ ਸਕਾਟਲੈਂਡ ਇੰਗਲੈਂਡ ਆ ਆ ਫੋਟੋ ਦੇਖੋ ਆ ਆ ਫੋਟੋ ਦੇਖ ਹੁਣ ਹੁਣ ਇਹ ਇੰਗਲੈਂਡ ਹੈ ਇਹ ਵੇਲਸ ਹੈ ਇਹ ਸਕਾਟਲੈਂਡ ਉੱਤੇ ਇਹ ਜਿਹੜਾ ਪੂਰਾ ਹੈ ਇਹ ਪੂਰਾ ਇਹਨੂੰ ਕਿਹਾ ਜਾਂਦਾ ਹੈ ਗ੍ਰੇਟ ਬ੍ਰਿਟੇਨ ਇਹ ਪੀਲੇ ਵਾਲਾ ਜਿਹੜਾ ਗੋਲਾ ਹੈ ਇਹਨੂੰ ਕਿਹਾ ਜਾਂਦਾ ਗ੍ਰੇਟ ਬ੍ਰਿਟੇਨ ਜਦੋਂ ਇਹਦੇ ਵਿੱਚ ਨਾਰਦਰਨ ਆਇਰਲੈਂਡ ਜੁੜ ਜਾਂਦਾ ਹੈ ਇਹ ਪੂਰੀ ਕੰਟਰੀ ਆਇਰਲੈਂਡ ਹੈ ਲੇਕਿਨ ਉੱਤੇ ਵਾਲਾ ਜਿਹੜਾ ਆਇਰਲੈਂਡ ਵਾਲਾ ਹਿੱਸਾ ਹੈ ਉਹ ਆਂਦਾ ਯੂਨਾਈਟਿਡ ਕਿੰਗਡਮ ਦੇ ਵਿੱਚ ਤੇ ਜਦੋਂ ਇਹ ਪੂਰਾ ਦਾ ਪੂਰਾ ਜੁੜ ਦਵੇ ਯਾਨੀ ਕਿ ਆਇਰਲੈਂਡ ਵੀ ਨਾਰਦਰਨ ਆਇਰਲੈਂਡ ਵੇਲਸ ਇੰਗਲੈਂਡ ਸਕਾਟਲੈਂਡ ਤਾਂ ਇਹ ਬਣਦਾ ਹੈ ਬ੍ਰਿਟਿਸ਼ ਆਇਲੈਂਡਸ ਠ ਉਨੇ ਹੀ ਕਿਸਾਨ ਅੰਦੋਲਨ ਵਿੱਚ ਭਾਡੇ ਲੋਕ ਵੀ ਗਏ ਸੀਗੇ ਸਾਡੇ ਵਾਲੇ ਸ਼ਹੀਦ ਵੀ ਹੋਏ ਨੇ ਬਟ ਚਲੋ ਵੇਲਸ ਇੰਗਲੈਂਡ ਸਕਾਟਲੈਂਡ ਇਹ ਤਿੰਨੇ ਇਕੱਠੇ ਬਣ ਕੇ ਬਣਦੇ ਨੇ ਕਿ ਬ੍ਰਿਟੇਨ ਇਹਨਾਂ ਨਾਲ ਜਦੋਂ ਨਾਰਦਰਨ ਆਇਰਲੈਂਡ ਜੁੜਦੇਵੇ ਤਾਂ ਉਹ ਬਣਦਾ ਯੂਕੇ ਤੇ ਇਹਨਾਂ ਨਾਲ ਜਦੋਂ ਆਇਰਲੈਂਡ ਜੁੜਦੇਵੇ ਤਾਂ ਇਹ ਬਣਦਾ ਹੈ ਬ੍ਰਿਟਿਸ਼ ਆਇਲਜ਼ ਲੇਕਿਨ ਆਪਾਂ ਅਕਸਰ ਕੀ ਕਰਦੇ ਆਪਾਂ ਯੂਕੇ ਵੀ ਉਨੇ ਹੀ ਕਹਿੰਦੇ ਨੇ ਆਪਾਂ ਬ੍ਰਿਟੇਨ ਵੀ ਉਹਨੂੰ ਹੀ ਕਹਿੰਦੇ ਨੇ ਆਪਾਂ ਇੰਗਲੈਂਡ ਵੀ ਉਹਨੂੰ ਹੀ ਕਹਿੰਦੇ ਨੇ ਹਨਾ ਕਰਦੇ ਆ ਨਾ ਆਪਾਂ ਯੂਕੇ ਬ੍ਰਿਟੇਨ ਇੰਗਲੈਂਡ ਆਪਾਂ ਉਹ ਇੱਕ ਚੀਜ਼ ਨੂੰ ਕਹਿ ਦਿੰਦੇ ਨੇ ਬਟ ਉਹ ਹੁੰਦਾ ਨਹੀਂ ਹੈ ਠੀਕ ਹੈ ਤਾਂ ਵੇਲਜ਼ ਇੰਗਲੈਂਡ ਸਕਾਟਲੈਂਡ ਇਹ ਹੈ ਗ੍ਰੇਟ ਬ੍ਰਿਟੇਨ ਨਾਲ ਜਦੋਂ ਨਾਰਦਰਨ ਆਇਰਲੈਂਡ ਜੁੜ ਗਿਆ ਇਹ ਬਣੇਗਾ ਯੂਨਾਈਟਿਡ ਕਿੰਗਡਮ ਤੇ ਜਦੋਂ ਆ ਠੀਕ ਹੈ ਤਾਂ ਲੋਕਲ ਗਵਰਨਮੈਂਟ ਸਕਾਟਲੈਂਡ ਨੇ ਕਹਿ ਚੁੱਕੀ ਹੈ ਕਿ ਜਿਹੜੀ ਸੈਨੀਟਰੀ ਹੈਲਥ ਲਈ ਜਿਹੜੀ ਚੀਜ਼ਾਂ ਇੰਪੋਰਟੈਂਟ ਨੇ ਟੈਂਪੋਨਸ ਹੋ ਗਏ ਪੈਡਸ ਹੋ ਗਏ ਜਿਹੜਾ ਨੂੰ ਚਾਹੀਦੇ ਨੇ ਨੀਡੀ ਨੇ ਉਹਨਾਂ ਨੂੰ ਫ੍ਰੀ ਵਿੱਚ ਦਿੱਤਾ ਜਾਵੇ ਤਾਂ ਹੁਣ ਇਹ ਕਹਿੰਦੇ ਕੁਝ ਕਾਉਂਸਲ ਤੇ ਐਜੂਕੇਸ਼ਨ ਇੰਸਟੀਟਿਊਸ਼ਨਸ ਵਿੱਚੋਂ ਤੁਸੀਂ ਫ੍ਰੀ ਵਿੱਚ ਲੈ ਸਕਦੇ ਹੋ ਕਿੱਥੇ ਦੀ ਗੱਲ ਹੋ ਰਹੀ ਹੈ ਇਹ ਗੱਲ ਹੋ ਰਹੀ ਹੈ ਸਕਾਟਲੈਂਡ ਸਕਾਟਲੈਂਡ ਬਾਰੇ ਦੋ ਤਿੰਨ ਗੱਲਾਂ ਹੋਰ ਧਿਆਨ ਰੱਖਣੀਆਂ ਨੇ ਕੈਪੀਟਲ ਐਡਨਵਰਗ ਹੈ ਕਰੰਸੀ ਪੋਲੈਂਡ ਸਟਰਲਿੰਗ ਹੈ ਤੇ ਪ੍ਰਧਾਨ ਮੰਤਰੀ ਇਹਦੀ ਹੈ ਨਿਕੋਲਾ ਸਟਰਜੀਅਨ ਠੀਕ ਹੈ ਐਡਿਨਬਰਗ ਪਾਉਂਡ ਸਟਰਲਿੰਗ ਤੇ ਨਿਕੋਲਾ ਸਟਰਜੀਅਨ ਕਾਮਨਵੈਲਥ ਗੇਮਸ ਹੋਣ ਭਾਵੇਂ ਫੀਫਾ ਹੋਵੇ ਵੇਲਸ ਇੰਗਲੈਂਡ ਅੱਡ ਅੱਡ ਖੇਲਦੇ ਨੇ ਚਲੋ ਅੱਗੇ ਅੱਜ ਈਡਲ ਵਾਈਜ਼ ਐਮਐਫ ਯਾਨੀ ਕਿ ਈਡਲ ਵਾਈਜ਼ ਮਿਊਚੁਅਲ ਫੰਡ ਹੈ ਇਹਨਾਂ ਨੇ ਇੰਟਰੋਡਿਊਸ ਕੀਤੇ ਇੰਡੀਆ ਦੇ ਪਹਿਲੇ 골ਡ ਐਂਡ ਸਿਲਵਰ ਫੰਡ ਈਡਲ ਵਾਈਜ਼ ਮਿਊਚੁਅਲ ਫੰਡ ਨੇ ਲਾਂਚ ਕੀਤਾ ਜੀ ਪਹਿਲੇ ਇੰਡੀਆ ਦੇ ਫਰਸਟ ਐਵਰ 골ਡ ਐਂਡ ਮਿਊਚੁਅਲ 골ਡ ਐਂਡ ਸਿਲਵਰ ਦੇ ਇਕੱਠੇ ਇੱਕ ਇੱਕ ਫੰਡ ਵਿੱਚ ਹੀ 골ਡ ਦੇ ਸਿਲਵਰ ਵਾਲੇ ਦੋਨੇ ਫੰਡ ਨੇ ਠੀਕ ਹੈ 골ਡ ਤੇ ਸਿਲਵਰ ਇੱਕ ਫੰਡ ਵਿੱਚ ਹੀ ਨੇ ਮਤਲਬ ਪਹਿਲਾ ਸਿਲਵਰ ਵਾਲਾ ਅੱਡ ਤਾਂ ਆ ਚੁੱਕਾ ਹੈ ਮਿਊਚੁਅਲ ਫੰਡ 골ਡ ਵਾਲਾ ਅੱਡ ਤਾਂ ਆ ਚੁੱਕਾ ਹੈ ਬਟ ਜਿਹੜੀ ਐਸੈਟ ਮੈਨੇਜਮੈਂਟ ਫਰਮ ਹੈ ਈਡਲ ਵਾਈਜ਼ ਮਿਊਚ ਇਕੱਠਾ 골ਡ ਤੇ সিলਵਰ ਥਰੂ ਅ ਸਿੰਗਲ ਫੰਡ ਲਾਂਚ ਕਰਨ ਜਾ ਰਹੀ ਹੈ ਤਾਂ ਸਾਡੇ ਲਈ ਇੰਪੋਰਟੈਂਟ ਹੈ ਇਹਦੇ ਬਾਰੇ ਹੋਰ ਕੁਝ ਨਹੀਂ ਪੜ੍ਹਨਾ ਬਸ ਇਹ ਧਿਆਨ ਰੱਖਣਾ ਹੈ ਕਿ ਮੈਨੇਜਿੰਗ ਡਾਇਰੈਕਟਰ ਕੌਣ ਹੈ ਇਹਦਾ ਰਾਧਿਕਾ ਗੁਪਤਾ ਮੈਨੇਜਿੰਗ ਡਾਇਰੈਕਟਰ ਐਂਡ ਸੀਈਓ ਕੌਣ ਹੈ ਇਡਲਵਾਇਸ ਦਾ ਰਾਧਿਕਾ ਗੁਪਤਾ ਠੀਕ ਹੈ ਯਾਰ ਚਲੋ ਅਗੇ bro ਯਾਨੀ ਕਿ ਬਾਡਰ ਰੋਡ ਆਰਗੇਨਾਈਜੇਸ਼ਨ ਇਹ ਬਣਾਉਣ ਜਾ ਰਹੇ ਨੇ ਪਹਿਲਾ ਸਟੀਲ ਸਲੈਗ ਰੋਡ ਇਨ ਅਰੁਣਾਚਲ ਪ੍ਰਦੇਸ਼ ਬਾਏ ਦਾਵੇ ਆਫਰ ਹਜੇ ਵੀ ਓਪਨ ਹੈ ਕਿਹੜਾ ਕਹਿੰਦਾ ਨਾ ਕੇ ਜੀ ਐਫ ਚ ਰੋਕੀ ਆਫਰ ক্লোਜ਼ਿਸ ਸੂਨ ਤਾਂ ਜੀ ਬਟ ਆਪਣਾ ਆਫਰ ਇਜ਼ ਸਟਿਲ ਓਪਨ 500 ਤੇ ਕੱਲ ਲੈ ਲਓ ਆਈ ਆਈ ਟੀ ਉੱਤੇ ਪ੍ਰੋਪਰ ਇੱਕ ਵੀਡੀਓ ਸੰਡੇ ਵੀ ਹੈ ਪਹਿਲੇ ਵੀ ਹੋਗੇ ਕਰੰਟ ਅਫੇਅਰ ਵੀ ਨਹੀਂ ਪੜਨੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਆਈਟੀ ਉੱਤੇ ਵਿਰਾਮ ਨਾਲ ਘੰਟਾ ਡੇਢ ਲਾ ਕੇ ਆਈਟੀ ਉੱਤੇ ਵੀਡੀਓ ਕਰਾਂਗੇ ਤੇ ਹਰ ਪੇਪਰ ਵਿੱਚ ਪਿਛਲੇ ਸਾਲ ਪੰਜਾਬ ਪੁਲਿਸ ਦਾ ਕੋਈ ਹੋਵੇ ਪੇਪਰ ਕੋਆਪਰੇਟਿਵ ਬੈਂਕ ਵਾਲਾ ਹੋਵੇ ਤੁਹਾਡਾ ਪੀ ਟਰਪਲ ਐਸਬੀ ਕਲਕਤਾ ਆਇਆ ਨਹੀਂ ਸੋਰੀ ਨੈਪ ਤਹਿਸੀਲਦਾਰ ਹੋਵੇ ਹਰ ਪੇਪਰ ਵਿੱਚ ਆਈਟੀ ਦਾ ਸਵਾਲ ਆਇਆ ਹੈ ਚਾਹੀਦਾ ਤਾਂ ਦੇਖੋ 410 ਹੋ ਚੁੱਕੇ ਹੋ ਨੱਬਾ ਬੰਦਾ ਇਕੱਠਾ ਕਰਨਾ ਤੁਸੀਂ ਪੰਜਾਬ ਬਹੁਤ ਵੱਡਾ ਹੈ ਨੰਬਰ ਬਹੁਤ ਵੱਡੇ ਨੇ ਆਪਣੇ ਤਾਂ ਇੱਕ ਵਾਰ ਸ਼ੇਅਰ ਜੇ ਕਰ ਦੋ ਇੱਕ ਵਾਰ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਲਾਈਕ ਜੇ ਕਰ ਦੋ ਕੱਲ ਤੁਹਾਡੇ ਲਈ ਵੀਡੀਓ ਤਿਆਰ ਠੀਕ ਹੈ ਚਲੋ ਬ੍ਰੋ ਦੇ ਹੈਡ ਪਹਿਲਾ ਲੈਫਟ ਰੇਨ ਜਨਰਲ ਰਜੀਵ ਚੌਧਰੀ ਤਾਂ ਪਹਿਲੀ ਫਸਟ ਸਟੀਲ ਸਲੈਗ ਰੋਡ ਬਣਾਉਣ ਜਾ ਰਹੇ ਨੇ ਅਰੁਣਾਚਲ ਪ੍ਰਦੇਸ਼ ਵਿੱਚ ਤਾਂ ਬ੍ਰੋ ਇਹ ਬਣਾਉਣ ਜਾ ਰਹੇ ਨੇ ਸਟੀਲ ਸਲੈਗ ਰੋਡ ਇਨ ਅਰੁਣਾਚਲ ਪ੍ਰਦੇਸ਼ ਬੇਸਡ ਔਨ ਅ ਪਾਇਲਟ ਪ੍ਰੋਜੈਕਟ ਯਾਨੀ ਕਿ ਪਹਿਲੀ ਵਾਰੀ ਪਹਿਲ ਜੀ ਕੀਤੀ ਇਹਨਾਂ ਨੇ ਸ਼ੁਰੂਆਤ ਕਰਨ ਜਾ ਰਹੇ ਨੇ ਤਾਂ ਸਟੀਲ ਸਲੈਗ ਰੋਡ ਇਜ਼ ਦ ਫਰਸਟ ਔਫ ਇਟਸ ਕਾਈਂਡ ਪ੍ਰੋਜੈਕਟ ਵਿਚ ਏਮਸ ਟੂ ਮੇਕ ਡਿਊਰੇਬਲ ਰੋਡਵੇਜ਼ ਥੈਟ ਕੈਨ ਵਿਸਟੈਂਡ ਹੈਵੀ ਰੇਨ ਐਂਡ ਐਡਵਰਸ ਕਲਾਈਮੇਟ ਕੰਡੀਸ਼ਨ ਅਰੁਣਾਚਲ ਪ੍ਰਦੇਸ਼ ਵਿੱਚ ਕਹਿੰਦੇ ਪਹਿਲੀ ਵ ਕਹਿੰਦੇ ਵੀ ਜੇ ਭੈੜੀ ਤੋਂ ਭੈੜੀ ਕਲਾਈਮੇਟ ਕੰਡੀਸ਼ਨਸ ਹੁਣ ਮੀਂਹ ਪੈ ਜਾਵੇ ਹੜ ਆ ਜਾਵੇ ਫੇਰ ਵੀ ਕਹਿੰਦੇ ਇਹ ਬਸ ਤੁਰਦੀ ਰਹੇ ਵਧੀਆ ਫੇਰ ਵੀ ਇਹ ਤੁਰਦੀ ਰਹੇ ਵਧੀਆ ਧੰਨਵਾਦ ਯਾਰ ਅਲਖ ਯਾਰ ਮੈਂ ਕਿਹਾ ਦੇਖੋ ਤੁਹਾਡੇ ਹੱਥ ਚ ਤੁਸੀਂ ਦੇਖੋ ਤੁਸੀਂ ਚਾਹੋ ਤਾਂ ਤੁਸੀਂ ਕਰ ਸਕਦੇ ਹੋ ਤੁਸੀਂ ਚਾਹੋ ਤਾਂ ਤੁਸੀਂ ਕਰ ਸਕਦੇ ਹੋ ਗਾਣਾ ਕੋਈ ਪ੍ਰੀਮੀਅਰ ਹੁੰਦਾ ਬੰਦਾ ਨਾ ਲੱਖ ਬੰਦਾ ਬਹਿ ਕੇ ਦੇਖਦਾ ਹੁੰਦਾ ਹੈ ਨਾ ਗਾਣਾ ਕੋਈ ਪ੍ਰੀਮੀਅਰ ਹੋਣਾ ਹੁੰਦਾ ਉਹ ਤਾਂ ਸਾਡੇ ਕੰਮ ਦਾ ਵੀ ਨਹੀਂ ਹੁੰਦਾ ਉਹ ਵੀ ਬੰਦਾ ਗਾਣਾ ਲੱਖ ਲੱਖ ਹੁੰਦਾ ਫਿਰ ਇਹ ਤਾਂ ਫੇਰ ਵੀ ਕੰਮ ਦੀ ਆਪਣੀ ਤੁਹਾਡੇ ਹੱਥਾਂ 'ਚ ਦੇਖ ਲਓ ਮਤਲਬ ਕੱਲ ਵੀ ਆਪਾਂ ਕਹਿ ਕੇ हट ਗਏ ਸੀ ਆਪਾਂ ਅੱਜ ਵੀ ਇਹੀ ਉਹੀ ਆਫਰ ਸਟਿਲ देयर ਚਲੋ ਤਾਂ ਅੱਗੇ ਐਕਸਿਸ ਬੈਂਕ ਨੇ ਇੱਕ ਐਮਓਯੂ ਸਾਈਨ ਕੀਤਾ ਫ ਐਫਸੀਆ ਯਾਨੀ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ ਨਾਲ ਟੂ ਪ੍ਰੋਵਾਈਡ ਅਲਟੀਮਾ ਸੈਲਰੀ ਪੈਕੇਜ ਤਾਂ ਜਿਆਦਾ ਕੁਝ ਇਹਦੇ ਵਿੱਚ ਆਪਾਂ ਪੜਨ ਉਯੋਗ ਹੈ ਨਹੀਂ ਗੱਲਾਂ ਤਾਂ ਮਤਲਬ ਬੇਸਿਕ ਜੀ ਗੱਲ ਹੈ ਕਿ ਐਫਸੀਆਈ ਦੇ ਜਿਹੜੇ ਮੁਲਾਜ਼ਮ ਨੇ ਐਫਸੀਆਈ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦਾ ਜਿਹੜਾ ਸੈਲਰੀ ਵਗੈਰਾ ਸਭ ਖਤਾਬ ਐਕਸਿਸ ਨਾਲ ਰੱਖੋਗੇ ਐਕਸਿਸ ਨਾਲ ਦੋ ਚਾਰ ਚੀਜ਼ਾਂ ਉਹਨਾਂ ਨੂੰ ਐਕਸਟਰਾ ਦੇ ਦੂੰਗੇ ਕੁਝ ਇੰਟਰਸਟ ਰੇਟ ਘਟ ਦੇ ਦੂੰਗੇ ਲੋਨ ਲੈਣਾ ਤਾਂ ਉਹ ਜਿਹੇ ਤਿੰਨ ਚਾਰ ਚੀਜ਼ਾਂ ਹੁੰਦੀਆਂ ਨੇ ਥੋੜੇ ਜਿਹਾ ਵਧੀਆ ਤਰੀਕੇ ਨਾਲ ਇਹਨਾਂ ਨੂੰ ਆਫਰਸ ਵਗੈਰਾ ਦੇ ਦੂੰਗੇ ਇੰਨੀ ਗੱਲਾਂ ਹੁੰਦੀਆਂ ਐ ਐਕਸਿਸ ਤੇ ਐਫਸੀਆਈ एक्सिस बारे थोड़ी जी गल नाइनटी थ्री मुंबई चेयरमैन रमेश मखीजा एम डी सी अमिताभ चौधरी थे टैगलाइन बढ़ती का नाम जिंदगी है ना जिंदगी एक सफर है सुरहाना यहां कल क्या हो किसने किसने जाना चलो कल मैं टेस्ट सीरीज लगाई 480 4380 नंबर आए मेरे वेरी गुड वीर मेरे यार आग आग ही लगा दी भाई तुमने बतरे यार आग ही लगा दी यार ये भी काट दिए तुमने तो <laughs> चलो <coughs> चलो बेंगलुरु टू होस्ट फीबा अंडर 18 वुमेन्स एशियन बास्केटबॉल चैंपियनशिप इंडियन फुटबॉल बांग्लादेश कह रहा है मैं <laughs> ਫੈਡਰੇਸ਼ਨ ਆਫ ਇੰਡੀਅਨ ਬਾਸਕਟਬਾਲ ਐਸੋਸੀਏਸ਼ਨ ਹੈ ਤਾਂ ਇਹਨਾਂ ਦੀ ਅੰਡਰ 18 ਦੀ ਊਮਨ ਦੀ ਏਸ਼ੀਅਨ ਬਾਸਕਟਬਾਲ ਚੈਂਪੀਅਨਸ਼ਿਪ ਕਿੱਥੇ ਹੋਣ ਜਾ ਰਹੀ ਹੈ ਬੈਂਗਲੌਰ ਵਿੱਚ ਹੋਣ ਜਾ ਰਹੀ ਹੈ ਇਹ ਪੜ ਲਓ ਨਾ ਪੜੋ ਜਿਆਦਾ ਇੰਪੋਰਟੈਂਟ ਨਹੀਂ ਹੈ ਫਿਰ ਵੀ ਮੈਂ ਇੰਡੀਅਨ ਕਹਤਾ ਸੌਰੀ ਇੰਟਰਨੈਸ਼ਨਲ 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 ਫੈਡਰੇਸ਼ਨ ਆਫ ਇੰਟਰਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਜਿੱਦਾਂ ਫੀਫਾ ਹੈ ਇਹ ਇੰਟਰਨੈਸ਼ਨਲ ਵਾਲੀ ਹੈ ਤਾਂ ਉਹ ਅੰਡਰ 18 ਵਾਲੀ ਬੈਂਗਲੌਰ ਵਿੱਚ ਹੋਣ ਜਾ ਰਹੀ ਹੈ ਕੁੜੀਆਂ ਕੁੜੀਆਂ ਦੀ ਠੀਕ ਹੈ ਅੰਡਰ 18 ਵਾਲੀ ਬੰਗਲਾਦੇਸ਼ ਵਿੱਚ ਹੋਣ ਲਾ ਰਹੀ ਹੈ ਕੁੜੀਆਂ ਦੀ ਠੀ ਸਰਜ ਮੇਰਾ ਹੈਪੀ ਬਰਥਡੇ ਆ ਆਓ ਅਮ੍ਰਿਤ ਨੂਰ ਯਾਰ ਹੈਪੀ ਬਰਥਡੇ ਯਾਰ ਇੱਕ ਵਾਰ ਯਾਰ ਅਮ੍ਰਿਤ ਨੂਰ ਨੂੰ ਯਾਰ ਸਾਰੇ ਹੈਪੀ ਬਰਥਡੇ ਬੋਲ ਦਿਓ ਯਾਰ ਤੇ ਨਾਲੇ ਯਾਰ ਉਹੀ ਪੜ੍ਹਾਈ ਕਰਦੇ ਰਹੋ ਅਗਲੇ ਮੈਂ ਕਹਿੰਨਾ ਅਗਲਾ ਅਗਸਟ ਹੋਪੇ 15 ਅਗਲੀ ਜਨਮਾਸ਼ਟਮੀ ਅਗਨੇ ਜਨੇਸ਼ ਕਨੇਸ਼ ਚਤੁਰਥੀ ਤੱਕ ਜੌਬ ਲੱਗ ਗਏ ਹੁਣ ਇੱਥੇ ਤੁਹਾਨੂੰ ਮੇਰੀ ਵੀਡੀਓ ਨਾਲ ਦੇਖਣੀ ਪਵੇ ਮੈਂ ਤਾਂ ਕਹਿੰਦਾ ਸਾਰੇ ਯਾਰ ਜਿੰਨੇ ਵੀ ਇਹ ਤੁਹਾਡੇ ਨਾਂ ਦੇਖਣੇ 429 ਬੱਚਾ ਬੈਠਾ ਹੈ ਮੇਰੇ ਸਾਹਮਣੇ ਮੈਂ ਤਾਂ ਇਹ ਚਾਹਨਾ ਅਜ ਤਰੀਕ ਹੋਗੀ 20 ਅਗਸਟ ਅਗਲੇ 20 ਅਗਸਟ ਤੁਹਾਡੇ ਵਿੱਚੋਂ ਕੋਈ ਵੀ ਨਾ ਇੱਥੇ ਹੋਵੇ ਸਾਰਿਆਂ ਦੀ ਨੌਕ ਕੁਛ ਨਹੀਂ ਪਤਾ ਕਹਿੰਦੇ ਮੂੰਹ ਤੋਂ ਕਹੇ ਸੀ 60 ਹੋ ਜਾਂਦਾ ਅੱਜ ਤੁਸੀਂ 429 ਸੀਗੇ ਹੁਣ ਘਟ ਗਏ 423 ਹੁਣ ਜਿਹੜੇ 423 ਜਿਹੜੇ ਬੈਠੇ ਨੇ 429 ਹੁਣ 6 ਚਲੇ ਗਏ 421 421 ਜਿਹੜੇ ਹੁਣ ਬੈਠੇ ਹੋਏ ਨੇ ਇਹਨਾਂ 421 ਆਤੀ ਕਹਿੰਦੇ ਅਗਲੇ 20 ਅਗਸਤ ਤੱਕ ਨੌਕਰੀ ਲੱਗ ਜਾਵੇ ਹੈਨਾ ਕਿ ਕੁਛ ਨਹੀਂ ਪਤਾ ਲੱਗਦਾ ਕਹਿੰਦੇ ਮੂੰਹ ਤੋਂ ਕਿਹੜੀ ਗੱਲ ਕਦੋ ਹੋ ਜਾਂਦੀ ਫਿਰ ਕਹਿੰਦੇ ਨਾ ਓਹ ਯਾਰ ਉਹ ਮੰਗ ਲੇਤਾ ਮੈਂ ਇਹ ਮੰਗ ਲੇਤਾ ਇਹ ਕਰ ਲੇਤਾ ਤਾਂ ਜਿਹੜੇ 421 ਬੈਠੇ ਸੀਗੇ ਉਹਨਾਂ ਦੀ ਚਲੋ ਗੋਆ ਪਹਿਲੀ ਸਟੇਟ ਬਣ ਚੁੱਕੀ ਹੈ ਇਨ ਇੰਡੀਆ ਟੂ ਰੀਸੀਵ ਹਰ ਘਰ ਜਲ ਸਰਟੀਫਿਕੇਸ਼ਨ ਇਹਦੇ ਬਾਰੇ ਪਹਿਲਾਂ ਪੜ੍ਹਦੇ ਆ ਫਿਰ ਐਕਸਪਲੇਨੇਸ਼ਨ ਕਰੂੰਗਾ ਮੈਂ ਹੈਨਾ ਚਲੋ ਪੀਪਲ ਆਫ ਆਲ ਦਾ ਪਿੰਡਸ ਆਫ ਗੋਆ ਐਂਡ ਦਾ ਆਦਰ ਨਗਰ ਹਵੇਲੀ ਐਂਡ ਦਮਨ ਐਂਡ ਦਿਉ ਠੀਕ ਹੈ ਇਹ ਇੱਕ ਯੂਨੀਅਨ ਟੈਰੀਟਰੀ ਬਣ ਚੁੱਕੀ ਹੈ ਤੁਹਾਨੂੰ ਪਤਾ ਹੋਊਗਾ ਦਾਦਰ ਨਗਰ ਹਵੇਲੀ ਤੇ ਦਮਨ ਐਂਡ ਦਿਉ ਪਹਿਲਾਂ ਦੋ ਅੱਡ-ਅੱਡ ਹੁੰਦੀਆਂ ਸੀਗੀਆਂ ਹੁਣ ਇਕੱਠੀ ਹੋ ਚੁੱਕੀ ਹੈ ਦਾਦਰ ਨਗਰ ਹਵੇਲੀ ਤੇ ਦਮਨ ਐਂਡ ਦਿਉ ਇੱਕ ਯੂਟੀ ਹੈ ਤਾਂ ਗੋਆ ਤੇ ਇਹ ਜਿਹੜੀ ਯੂਟੀ ਹੈ ਇਹਨਾਂ ਦੇ ਕਹਿੰਦੇ ਸਾਰੇ ਪਿੰਡ ਨੇ ਜਿਹੜੇ ਉਹ ਸਾਰੇ ਹਰ ਘਰ ਜ ਕਿ ਜੀ ਸਾਡੇ ਘਰਾਂ ਵਿੱਚ ਕਹਿੰਦੇ ਪਾਣੀ ਆ ਰਿਹਾ ਹੈ ਨਲਕੇ ਤੋਂ ਪਾਣੀ ਆ ਰਿਹਾ ਵਧੀਆ ਪਾਣੀ ਆ ਰਿਹਾ ਹੈ ਤੇ ਕੋਈ ਵੀ ਘਰ ਉਤੋਂ ਅਛੂਤਾ ਨਹੀਂ ਰਿਹਾ ਇਹ ਕਰੰਟ ਅਫੇਅਰ ਰਿਵੀਜ਼ਨ ਹੈ ਇੰਡੀਆ ਦੀ ਪਹਿਲਾ ਜ਼ਿਲ੍ਹਾ ਕਿਹੜਾ ਬਣਿਆ ਸੀਗਾ ਹੁਣੇ 2 ਮਹੀਨੇ ਪਹਿਲਾਂ ਦਾ ਰਿਵੀਜ਼ਨ ਹੈ ਉਹ ਕਰੰਟ ਅਫੇਅਰ ਇੰਡੀਆ ਦਾ ਪਹਿਲਾ ਜੇਣਾ ਵਰਜੇਲਾ ਬਣਿਆ ਸੀ ਜਿੱਥੇ ਜਿਹੜਾ ਹਰ ਘਰ ਜਲ ਸਰਟੀਫਾਈਡ ਹੋਇਆ ਸੀ ਉਹਨਾਂ ਦੇ ਵੀ ਉਸ ਪਿੰਡ ਨੇ ਵੀ ਇਹੀ ਕੀਤਾ ਸੀ ਹਰ ਉਸ ਜ਼ਿਲ੍ਹੇ ਦੇ ਵੀ ਹਰ ਪਿੰਡ ਨੇ ਕੀਤਾ ਸੀ ਗਰੇਜ਼ੋਲਿਊਸ਼ਨ ਪਾਸ ਕਰਕੇ ਬਕਾਇਦਾ ਦੱਸੋ ਛੇਤੀ ਛੇਤੀ ਐਗਜ਼ਾਮਪਲ ਦੇ ਦੇਣਾ ਸੌਰੀ ਹਿੰਟ ਦੇ ਦੇਣਾ ਮੈਂ मध्यप्रदेश ਦਾ ਪਿੰਡ ਸੀ ਉਹ ਕੋਈ ਕਿਹੜਾ ਪਿੰਡ ਸੀ ਦੱਸੋ ਥੇਤੀ ਥੇਤੀ ਕਿਹੜਾ ਪਿੰਡ ਸੀ ਉਹ ਸੌਰੀ ਕਿਹੜਾ ਜ਼ਿਲ੍ਹਾ ਸੀ ਬਹੁਤ ਵਧੀਆ ਯਾਰ ਇਹ ਕਿ ਦੱਸਿਆ ਸੋਨੂ ਜਿੰਦਲ ਨੇ ਬੁਰਹਾਨਪੁਰ ਐਮਪੀ ਬਹੁਤ ਵਧੀਆ ਯਾਰ ਸੋਨੂ ਜਿੰਦਲ ਤਾਂ ਬੁਰਹਾਨਪੁਰ ਐਮਪੀ ਕਰਕੇ ਸੀਗਾ ਉਹ ਪਹਿਲਾ ਪਹਿਲਾ ਜ਼ਿਲ੍ਹਾ ਸੀਗਾ ਭਾਰਤ ਦਾ ਜਿਹੜਾ ਹਰ ਘਰ ਜਲ ਸਰਟੀਫਾਈਡ ਹੋਇਆ ਸੀ ਤੇ ਇੱਥੇ ਗੋਆ ਤੇ ਦਾਦਰ ਨਗਰ ਹਵੇਲੀ ਦੀ ਗੱਲ ਹੋ ਰਹੀ ਹੈ ਤਾਂ ਇਹ ਕੀ ਦੇ ਅੰਡਰ ਕੀਤਾ ਹੈ ਇਹ ਕੀਤਾ ਹੈ ਅੰਡਰ ਜਲ ਜੀਵਨ ਮਿਸ਼ਨ ਜਿਹੜਾ ਮੋਦੀ ਜੀ ਨੇ ਲਾਂਚ ਕੀਤਾ ਸੀਗਾ ਅਗਸਤ 15 2019 ਨੂੰ ਇਹ ਡੇਟ ਧਿਆਨ ਰੱਖ ਲਿਓ ਅਗਸਤ 15 2019 ਡੇਟ ਧਿਆਨ ਰੱਖ ਲੈਣੀ ਹੈ ਤੁਸੀਂ ਤਾਂ ਇਹ ਦੇ ਅੰਡਰ ਜਲ ਜੀਵਨ ਮਿਸ਼ਨ ਦੇ ਅੰਡਰ ਕੀ ਕਿਹਾ ਕਹਿੰਦੇ 2024 ਤੱਕ ਹਰ ਘਰ ਵਿੱਚ ਇੱਕ ਇੱਕ ਘਰ ਵਿੱਚ ਕਹਿੰਦੇ ਨਲਕਾ ਲੱਗਿਆ ਹੋਵੇ ਨਲਕੇ ਤੋਂ ਪਾਣੀ ਆਉਂਦਾ ਹੋਵੇ ਤੇ ਪਾਣੀ ਉਹ ਪੀਣ ਵਾਲਾ ਪਾਣੀ ਹੋਵੇ ਸੇਫ ਐਂਡ ਪੋਟੇਬਲ ਡਰਿੰਕਿੰਗ ਵਾਟਰ ਹੋਵੇ ਫਸਟ ਚਲੋ ਤਾਂ ਜੀ ਪੇਟੀਐਮ ਟਾਈ ਅਪ ਵਿਦ ਸੈਮਸੰਗ ਸਟੋਰਸ ਟੂ ਡਿਪਲੋਏ ਸਮਾਰਟ ਪੀਓਐਸ ਡਿਵਾਈਸ ਆ ਪੁਆਇੰਟ ਆਫ ਸੇਲਸ ਡਿਵਾਈਸ ਦੇਖੇ ਹੋਣੇ ਤੁਸੀਂ ਜਾਂਦੇ ਕਹਿੰਦੇ ਦੁਕਾਨ ਤੇ ਗਏ ਕਹਿੰਦੇ ਸਰ ਉਹ ਪੇਟੀਐਮ ਤੋਂ ਹੈ ਨਹੀਂ ਸਰ ਕਾਰਡ ਕਰ ਲੇਗੇ ਸਰ ਕੈਸ਼ ਤੋਂ ਹੈ ਨਹੀਂ ਸਰ ਕਾਰਡ ਕਰ ਲੇਗੇ ਤਾਂ ਇਹ ਵਾਲੇ ਜਿਹੜੇ ਹੁੰਦੇ ਨੇ ਇਹਨਾਂ ਨੂੰ ਕਿਹਾ ਜਾਂਦਾ ਪੀਓਐਸ ਡਿਵਾਈਸ ਤਾਂ ਪੇਟੀਐਮ ਨੇ ਸੈਮਸੰਗ ਨਾਲ ਟਾਈਪ ਕੀਤਾ ਮਤਲਬ ਪੇਟੀਐਮ ਜਿਹੜੀ ਹੁਣ ਮਸ਼ੀਨਾਂ ਹੋਣਗੀਆਂ ਇਹ ਇਹ ਸੈਮਸੰਗ ਬਣਾ ਕੇ ਦੇਊਗਾ ਪੇਟੀਐਮ ਨੂੰ ਠੀਕ ਹੈ ਇੰਨੀ ਗੱਲ ਬਸ ਆ ਇਹ ਦੋ ਚਾਰ ਗੱਲਾਂ ਵਿਜੇਸ਼ੇਕਰ ਸ਼ਰਮਾ ਅਗਸਟ 2010 ਤੇ ਨੌਇਡਾ ਉੱਤਰ ਪ੍ਰਦੇਸ਼ ਹੈਡ ਦਾ ਕੁਆਟਰ ਠੀਕ ਹੈ ਹੈਡ ਦਾ ਕੁਆਟਰ ਦੇਖੋ ਕਟਣ ਲੱਗੇ ਹਜੇ ਵੀ ਮੈਂ ਕਹਿੰਨਾ ਆਫਰ ਇਸ ਸਟਿਲ ਓਪਨ 500 ਸਟੂਡੈਂਟਸ ਜੇ ਅੱਜ ਹੋ ਜਾਂਦੇ ਨੇ ਤਾਂ ਕੱਲ ਤੁਹਾਡੇ ਲਈ ਆਊਗੀ ਆਈਟੀ ਉੱਤੇ ਵੀਡੀਓ ਦਿਨ ਵੀ ਸੰਡੇ ਹੈ ਕਰੰਟ ਅਫੇਅਰ ਦੀ ਵੀ ਟੈਨਸ਼ਨ ਨਿਕਲ ਕਲਾਸ ਹੈ ਨਹੀਂ ਕਰੰਟ ਅਫੇਅਰ ਦੀ ਸ਼ਰਦਾ ਹੁਣ ਥੋੜੀ ਹੈ ਪੜ ਨਹੀਂ ਹੈ ਆਈਟੀ ਵਾਲੀ ਵੀਡੀਓ ਪੇਪਰਾਂ ਤੋਂ ਆਪਣੇ ਪਹਿਲਾਂ ਪੜ ਨਹੀਂ ਹੈ ਦੇਖੋ ਜਦੋਂ 500 ਬੱਚਾ ਐ ਇੰਨੀ ਗਿਜਰ ਜ਼ਰੂਰ ਐ 500 ਬੱਚਾ ਜਦੋਂ ਆਊਗਾ ਉਦੋਂ ਹੀ ਬਣੂਗੀ ਆਈਟੀ ਵਾਲੀ ਵੀਡੀਓ ਨਹੀਂ ਤੇ ਨਹੀਂ ਬਣਦੀ ਠੀਕ ਐ ਚਲੋ ਹਾਂ ਆਈ ਸੌਰੀ ਇਹ ਇਹ ਆ ਜੀ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਇਹ ਇੱਕ ਗਲਤ ਲਿਖਿਆ ਥੱਲੇ ਤਾਂ ਮੱਧਿਆ ਪ੍ਰਦੇਸ਼ ਵਿੱਚ ਸੌਰੀ ਮਹਾਰਾਸ਼ਟਰ ਵਿੱਚ ਮਹਾਰਾਸ਼ਟਰ ਵਿੱਚ ਪਹਿਲੀ ਡਬਲ ਡੈਕਰ इलेक्ट्रिक बस ठीक है डबल डेकर बिजली ਨਾਲ ਚੱਲਣ ਵਾਲੀ ਬੱਸ ਆ ਚੁੱਕੀ ਹੈ ਤਾਂ ਯੂਨੀਅਨ ਟ੍ਰਾਂਸਪੋਰਟ ਮਿਨਿਸਟਰ ਗਟਕਰੀ ਜੀ ਕਹਿੰਦੇ ਨੇ ਇੰਡੀਆ ਦੀ ਪਹਿਲੀ ਇਲੈਕਟ੍ਰਿਕ ਡਬਲ ਡੈਕਰ ਬੱਸ ਲਾਂਚ ਕੀਤੀ ਮੁੰਬਈ ਵਿੱਚ ਤੇ ਇਹਦਾ ਨਾਂ ਕੀ ਹੈ ਸਵਿਚ ईआईवी 22 ਕੀ ਨਾਂ ਹੈ ਸਵਿਚ ईआईवी 22 ਚਲੋ ਯਾਰ ਨੌਇਡਾ ਦੀ ਫੁੱਲ ਫਾਰਮ ਕੀ ਕਿਉਂ ਉਹ ਇਹੋ ਜਿਹੀ ਗੱਲਾਂ ਨਾ ਕੱਲੇ ਨਾ ਪੇਟੇਮ ਉੱਤੇ ਰੀਲ ਵਧੀਆ ਲੱਗਦੀਆਂ YouTube ਉੱਤੇ ਸ਼ਾਰਟ ਵੀਡੀਓ ਵਧੀਆ ਲੱਗਦੀ ਹੈ Facebook ਤੇ ਕਰੌਲ ਕਰਨ ਦੀ ਚੀਜ਼ਾਂ ਵਧੀਆ ਲੱਗਦੀਆਂ ਪੇਪਰ ਪੁਆਇੰਟ ਆਫ 뷰 ਤੋਂ ਇਟ ਇਟ ਇਜ਼ ਨਾਟ ਨੈਸੀਸਰੀ ਪੇਪਰ ਪੁਆਇੰਟ ਆਫ 뷰 ਤੋਂ ਇਟ ਇਜ਼ ਨਾਟ ਨੈਸੀਸਰੀ ਸਰ ਪਲੀਜ਼ ਅਸੀਂ ਤਾਂ ਪੜਨ ਕਲਾਸ ਲਾ ਲਿਓ ਜੀ ਪੜਾਤਾ ਰਿਹਾ ਯਾਰ ਇਸ ਤਰ੍ਹਾਂ ਨਾ ਕਰੋ ਮੈਂ ਕੀਤਾ ਕੀ ਹੈ ਕਿਹੜਾ ਸਵਾਲ ਸੀ ਪਿੱਛੇ ਅੱਛਾ ਬੜੇ ਜਿੱਦੀ ਹੋ ਗਏ ਇਸ ਕਰਕੇ ਉਹ ਨਹੀਂ ਯਾਰ ਦੇਖੋ ਤੁਹਾਡੀ ਗੱਲ ਤੁਸੀਂ ਕਿਹਾ ਸਰ ਆਈਟੀ ਉੱਤੇ ਕਰਾ ਦਿਓ ਮੈਂ ਕਿਹਾ ਬਿਲਕੁਲ ਬਣੂਗੀ ਵੀਡੀਓ ਥੋੜੀ ਜੀ ਮੇਰੀ ਇੱਕ ਛੋਟੀ ਜੀ ਗੁਜ਼ਾਰਿਸ਼ ਹੈ ਮੈਂ ਕਿਹੜਾ ਤੁਹਾਡੇ ਕੋਲ ਉਹ ਮੰਗ ਰਿਹਾ ਕਿ ਪਹਿਲਾਂ ਸਾਰੇ 100 ਰੁਪਏ ਜਮਾ ਕਰੋ ਤਾਂ ਮੈਂ ਆਈਟੀ ਉੱਤੇ ਕਰੂੰਗਾ ਤੁਸੀਂ ਸਿਰਫ ਸ਼ੇਅਰ ਕਰਨੀ ਹੈ ਵੀਡੀਓ ਥੋੜੀ ਜੀ ਥੋੜੀ ਜੀ ਮੈਂ ਕਦੇ ਕੁਝ ਕਿਹਾ ਹੈ ਇੰਨੀ ਗੱਲ ਮੰਗੀਆ ਤੁਹਾਡੇ ਕੋਲ 500 ਬਸ 500 ਬੱਚਾ 400 ਹੋ ਗਏ 420 ਹੀ ਚੱਲਦੇ ਰਹਿੰਦੇ ਨੇ 500 ਬੱਚਾ ਤਾਂ ਦੋ ਹੋਰ ਇਲੈਕਟ੍ਰਿਕ ਬੱਸਾਂ ਆ ਰਹੀਆਂ ਨੇ ਕਹਿੰਦੇ ਜੀ ਬੱਸ ਕਿੱਥੇ ਆ ਰਹੀਆਂ ਨੇ ਬੈਸਟ ਕੋਲ ਆ ਰਹੀਆਂ ਨੇ ਪ੍ਰਿਹਨ ਮੁੰਬਈ ਇਲੈਕਟ੍ਰਿਕ ਸਪਲਾਈ ਐਂਡ ਟਰਾਂਸਪੋਰਟ ਇਹਦੀ ਫੁੱਲ ਫਾਰਮ ਹੈ ਜਿੰਦਾ ਕੀ ਪੀਟੀਸੀਓ ਕੀ सॉरी ਪੀਆਰਟੀਸੀ ਪੰਜਾਬ ਰੋਡ ਟ੍ਰੈਨਸਪੋਰਟ ਕਾਰਪੋਰੇਸ਼ਨ ਪੈਪਸੋ ਵਾਲੀਆਂ ਹੋ ਗਈਆਂ ਹਿਮਾਚਲ ਵਾਲੇ ਆਪਣੇ ਐਚਆਰਟੀਸੀ ਹਰਿਆਣਾ ਵਾਲੀ ਐਚਆਰਟੀਸੀ ਉਦਾਂ ਹੀ ਇਹਨਾਂ ਦੇ ਕੀ ਹੈ ਬੈਸਟ ਬ੍ਰਹਿਮੰਬੇ ਮੁੰਬਈ ਇਲੈਕਟ੍ਰਿਕ ਸਪਲਾਈ ਐਂਡ ਟ੍ਰਾਂਸਪੋਰਟ ਇਹਨਾਂ ਨੇ ਅੱਡ ਤੋਂ ਹੀ ਬਣਾਤੀ ਬਿਜਲੀ ਲਈ ਬਿਜਲੀ ਲਈ ਅੱਡ ਤੋਂ ਬਣਾਤੇ ਇਹਨਾਂ ਨੇ ਹੈਨਾ ਚਲੋ ਵਿਲੀਅਮ ਰੂਟੋ ਹੈ ਡਿਕਲੇਰਡ ਕਿਨੀਆ ਦੇ ਅਗਲੇ ਰਾਸ਼ਟਰਪਤੀ ਵਿਲੀਅਮ ਰੂਟੋ ਬਣ ਚੁੱਕੇ ਨੇ ਰਾਸ਼ਟਰਪਤੀ ਇਹ ਜਿਆਦਾ ਕੁਝ ਹੋਣੀ ਹੈ ਅਪੁਆਇੰਟਮੈਂਟ ਹੀ ਹੈ ਕੈਪੀਟਲ ਨਾਇਰੋਬੀ ਹੈ ਤੇ ਕਰੰਸੀ ਹੋ ਜਾਂਦੀ ਹੈ ਇਹ ਕੀਨੀ ਕੀਨੀਆ ਦੀ ਸ਼ਿਲਿੰਗ ਕੀ ਹੋ ਜਾਂਦੀ ਹੈ ਕੈਪੀਟਲ ਸ਼ਿਲਿੰਗ ਹੁਣ ਆਪਾਂ ਕਰਾਂਗੇ ਜੀ ਰਿਵੀਜ਼ਨ ਰਿਵੀਜ਼ਨ ਕਦੋਂ ਦੀ ਕਰਾਂਗੇ ਆਪਾਂ ਕਰਾਂਗੇ ਜੀ 18 ਅਗਸਤ ਦੀ ਸਟਾਰਟਿੰਗ ਵਿੱਚ ਆਪਾਂ ਕੀਤੇ ਜੀ 19 ਅਗਸਤ ਦੇ ਕਰੰਟ ਅਫੇਅਰ ਕੁਐਸਚਨ ਆਨਸਰ ਦੀ ਫਾਰਮ ਵਿੱਚ ਉਸ ਤੋਂ ਬਾਅਦ ਆਪਾਂ ਕੀਤੇ 20 ਅਗਸਤ ਯਾਨੀ ਕਿ ਅੱਜ ਦੇ ਕਰੰਟ ਅਫੇਅਰ ਆਪਾਂ ਡਿਟੇਲ ਵਿੱਚ ਤੇ ਐਂਡ ਵਿੱਚ ਆਪਾਂ ਕਰਾਂਗੇ ਹੁਣ ਆਪਾਂ ਕਰ ਰਹੇ ਹਾਂ ਮਤਲਬ ਪਰਸੋਂ ਦੇ ਕਰੰਟ ਅਫੇਅਰ ਵਨ ਲਾਈਨਰ ਦੀ ਫਾਰਮ ਵਿੱਚ ਕਿਦਾਂ ਯਾਦ ਨਹੀਂ ਰਹੂਗਾ ਮੈਨੂੰ ਦੱਸੋ ਆਪ ਜੇ ਜੇ ਤੁਸੀਂ ਤਿੰਨ ਵਾਰ ਪੜ੍ਹ ਲਿਆ ਇੱਕ ਕਰੰਟ ਅਫੇਅਰ ਅੱਜ ਪੜ੍ਹਿਆ ਜਿਹੜਾ ਇਹ ਡੀਟੇਲ ਵਿੱਚ ਕੱਲ ਇਹਨੂੰ ਕੁਐਸਚਨ ਆਨਸਰ ਦੀ ਫਾਰਮ ਵਿੱਚ ਪੜੋਗੇ ਤੇ ਪਰਸੋਂ ਨੂੰ ਵਨ ਲਾਈਨਰ ਦੀ ਫਾਰਮ ਵਿੱਚ ਪੜੋਗੇ ਨਾ ਨਾ ਚਾਹਤੇ ਵੀ ਬਿਨਾ ਚਾਹਤੇ ਹੋਏ ਵੀ ਤੁਸੀ ਇਹ ਯਾਦ ਹੋ ਹੀ ਜਾਣੇ ਕਿਦਾਂ ਨਹੀਂ ਹੋਵਗੇ ਇਹ ਕਹਿੰਦਾ ਤਿੰਨ ਵਾਰ ਸੁਣੋਗੇ ਤੁਹਾਨੂੰ ਯਾਦ ਨਹੀਂ ਹੋਊਗਾ ਇੱਥੇ ਲੋਕਾਂ ਨੂੰ ਨਾ 295 ਗਾਣੇ ਬਾਰੇ ਪਤਾ ਨਹੀਂ ਸੀ ਮੂਸੇ ਵਾਲੇ ਬਾਰੇ ਜਦੋਂ ਨੂੰ ਪਤਾ ਲੱਗਿਆ ਇਹਨਾਂ ਨੂੰ ਮੈਂ 4-5 ਵਾਲੇ ਇੱਕ ਮੁੰਡਾ ਬਸ ਕਾਸ ਤੋਂ ਕਾਸ ਤੋਂ ਕਰਦਾ ਫੇਰੀ ਜਾਂਦਾ ਉਹ ਕਾਸ ਤੋਂ ਕਾਸ ਤੋਂ ਨੂੰ ਸਮਝ ਨਹੀਂ ਆ ਰਹਾ ਬਟ ਦਿਮਾਗ ਚ ਬਹਿ ਗਿਆ ਉਹਦੇ ਉਹਨੂੰ ਸਮਝ ਨਹੀਂ ਆ ਰਹਾ ਗਾਣਾ ਬਟ ਉਹਨੂੰ ਪਤਾ ਹੈ ਕਿ ਲਿਰਿਕਸ ਕੀ ਨੇ ਕਾਸ ਤੋਂ ਕਾਸ ਤੋਂ ਕਰੀ ਜਾਂਦਾ ਉਹਦਾ ਜੇ ਤਿੰਨ ਵਾਰ ਕਰੰਟ ਅਫੇਅਰ ਪੜ੍ਹ ਲਿਆ ਇੱਕ ਕਰੰਟ ਅਫੇਅਰ ਕਿੱਦਾਂ ਯਾਦ ਨਹੀਂ ਰਹੂਗਾ ਆਪ ਸੋਚੋ ਹੈਨਾ ਕਿੱਦਾਂ ਯਾਦ ਨਹੀਂ ਰਹੂਗਾ ਚਲੋ ਰਿਵੀਜ਼ਨ ਕਰਦੇ ਆ ਪਰਸੋਂ ਦੇ ਕਰੰਟ ਅਫੇਅਰ ਦੀ ਵਨ ਲਾਈਨਰ ਵਿੱਚ ਤਾਂ ਇੰਡੀਅਨ ਰੇਲਵੇਜ਼ ਪ੍ਰੋਟੈਕਸ਼ਨ ਫੋਰਸ ਆਰਪੀਐਫ ਨੇ ਲਾਂਚ ਕੀਤਾ ਹੈ ਇੱਕ ਆਪਰੇਸ਼ਨ ਯਾਤਰੀ ਸੁਰੱਖਿਆ ਯਾਤਰੀ ਦੀ ਸੁਰੱਖਿਆ ਲਈ ਪ੍ਰਧਾਨ ਦਾ ਨਾਂ ਸੰਜੇ ਚੰਦ ਕੋਲਕਾਤਾ ਹੋਸਟ ਕਰਤ ਜਾ ਰਿਹਾ 23ਵਾਂ ਐਡੀਸ਼ਨ ਆਫ ਇੰਡੀਆ ਇੰਟਰਨੈਸ਼ਨਲ ਸੀ ਫੂਡ ਸ਼ੋ ਤਾਂ ਜੀ ਮੱਛੀ ਕਰੈਬ ਝੀਂਗੇ ਵਾਲੇ ਸ਼ਕੀਨ ਜ਼ਰੂਰ ਜਾ ਸਕਦੇ ਨੇ ਇੱਥੇ ਅਰਨਾਚਲ ਪ੍ਰਦੇਸ਼ ਦਾ ਆਪਣਾ ਤੀਜਾ 에ਰਪੋਰਟ ਆ ਚੁੱਕਾ ਹੈ ਨਾਂ ਹੈ ਡੋਨੀ ਪੋਲੋ 에ਰਪੋਰਟ ਡੋਰੀ ਦਾ ਮਤਲਬ ਹੁੰਦਾ ਹੈ ਸੂਰਜ ਪੋਲੋ ਦਾ ਮਤਲਬ ਹੁੰਦਾ ਹੈ ਚੰਨ ਠੀਕ ਹੈ ਤੇ ਇਹ ਨਾਰਥ ਈਸਟ ਇੰਡੀਆ ਦਾ 16ਵਾਂ 에ਰਪੋਰਟ ਹੈ ਕਿਹੜਾ 16ਵਾਂ 에ਰਪੋਰਟ ਹੈ ਆਈਐਨਐ ਸਤਪੁਰਾ ਇਹ ਹਾਂ ਆਈਐਨਐ ਸਤਪੁਰਾ 15 اگست ہوئی سی 75 واں ਸਾਡੇ ਆਜ਼ਾਦੀ ਕਮਰੀ ਮੌਤ ਸੀ ਸੈਂਟ ਡੀਓ ਕੋ ਕੈਲੀਫੋਰਨੀਆ ਯੂ ایس اے ਵਿੱਚ ਜਾ ਕੇ 75 ਚੱਕਰ ਮਾਰ ਕੇ ਆਈ ਐਂ ਗੇੜੀ ਮਾਰ ਕੇ ਆਈ ਉੱਥੇ ਡਰਫਟਾ ਮਾਰ ਕੇ ਆਈ ਪਾਣੀ ਵਿੱਚ ਜਾ ਕੇ ਆਈ ਐਨ ਐ ਸਤਪੁਰਾ 13ਵੇਂ ਐਡੀਸ਼ਨ ਹੋਇਆ ਸੀਗਾ ਇੰਡੀਆ ਫਿਲਮ ਫੈਸਟੀਵਲ ਆਫ ਮੈਲਬਰਨ ਵਿੱਚ ਇਹ ਕੁਝ ਇੰਪੋਰਟੈਂਟ ਚੀਜ਼ਾਂ ਸੀ ਕਿ ਬੈਸਟ ਫਿਲਮ 83 ਡਾਇਰੈਕਟਰ ਸ਼ੋਜੀਤ ਸਰਕਰ ਫॉर ਸਰਦਾਰ ਉਧਮ ਤੇ ਅਪਰਨਾ ਸੈਨ ਫॉर ਦਾ ਰੇਪਿਸਟ ਐਕਟਰ ਰਣਵੀਰ ਸਿੰਘ 83 ਲਈ ਬੈਸਟ ਐਕਟਰਸ ਸ਼ਿਫਾਲੀ ਸ਼ਾ ਜਲਸਾ ਲਈ ਤੇ ਬੈਸਟ ਸੀਰੀਜ਼ ਮੁੰਬਈ ਡਾਇਰੀ 26 11 ਨਾਲ ਜਿਹੜਾ ਅਟੈਕ ਹੋਇਆ ਸੀ ਉੱਤੇ ਹੈਨਾ 26 11 ਨਾਲ ਜਿਹੜਾ ਅਟੈਕ ਹੋਇਆ ਸੀ ਉੱਤੇ ਲੈ ਦੇ ਕੇ 450 ਤੇ ਡਨ ਕਰੋ ਸਰ ਜੀ ਸਾਡੇ ਚਲੋ 475 ਠੀਕ ਹੈ 475 475 2-3 ਮਿੰਟ ਦੀ ਕਲਾਸ ਰਹਿ ਗਈ 475 450 ਵੀ ਨਹੀਂ ਹੋਣੇ ਵੈਸੇ ਦੇਖ ਰਿਹਾ ਹਾਂ ਮੈਂ ਇੰਡੀਅਨ ਫਲੈਗ ਅਨਫੋਲਡ 30 ਕਿਲੋਮੀਟਰ ਅਬਵ ਅਰਥ ਬਾਈ ਸਪੇਸ ਕਿਟਸ ਇੰਡੀਆ ਇਟ ਇਜ਼ ਬੇਸਡ ਇਨ ਕਿੱਥੇ ਤਮਿਲਨਾਡੂ ਵਰਲਡ ਦਾ ਹਾਈएस्ट ਸਿੰਗਲ ਆਰਕ ਰੇਲਵੇ ਬ੍ਰਿਜ ਬਣ ਚੁੱਕਾ ਹੈ ਚਿਨਾਬ ਰੇਲਵੇ ਬ੍ਰਿਜ ਹੈ ਜੰਮੂ ਐਂਡ ਕਸ਼ਮੀਰ ਇਹਨੂੰ ਗੋਲਡਨ ਜੋਇੰਟ ਆਇਆ ਹੈ ਗੋਲਡਨ ਜੋਇੰਟ ਯਾਨੀ ਕਿ ਐਂ ਕਰਕੇ ਐਂ ਜੋੜਦਾ ਇਹਨੂੰ ਰਿਆਸੀ ਜ਼ਿਲ੍ਹੇ ਵਿੱਚ ਪੈਂਦਾ ਹੈ ਐਫਕੌਂਸ ਬਣਾ ਰਿਹਾ ਹੈ ਕੋਨਕਣ ਰੇਲਵੇ ਕਾਰਪੋਰੇਸ਼ਨ ਲਿਮਟਿਡ ਲਈ ਬਣਾ ਰਿਹਾ ਹੈ ਠੀਕ ਹੈ ਅੱਗੇ ਵਰਲਡ ਦਾ ਹਾਈएस्ट ਸਿੰਗਲ ਆਰਕ ਬ੍ਰਿਜ ਰੇਲਵੇ ਇੱਕ ਹੀ ਚੀਜ਼ ਦੁਬਾਰੇ ਤੋਂ ਵਾਓ ਨਾਈਸ ਕਿਊਟ ਉਹ ਉਹ ਲਿਖਣਾ ਸੀਗਾ ਡਿਉਰੰਟ ਕੱਪ ਹੈ ਜਿਹੜਾ 1888 ਵਿੱਚ ਸ਼ੁਰੂ ਕੀਤਾ ਸੀਗਾ ਸਰ ਮੋਰਟਿਮਰ ਡਿਉਰੰਟ ਜੀ ਨੇ ਸ਼ਿਮਲਾ ਵਿੱਚ ਸ਼ੁਰੂ ਕੀਤਾ ਸੀਗਾ ਉਹਦਾ 131ਵਾਂ ਐਡੀਸ਼ਨ ਸਟਾਰਟ ਹੋਣ ਜਾ ਰਿਹਾ ਹੈ ਇੱਧਰ ਅਜ਼ਲਾਨ ਸ਼ਾ ਕੱਪ ਹੌਕੀ ਦਾ ਕੱਪ ਹੈ ਹੌਕੀ ਦਾ ਤਾਂ ਇਪੋ ਮਲੇਸ਼ੀਆ ਵੀ ਸ਼ੁਰੂ ਹੋਣ ਜਾ ਰਿਹਾ ਹੈ ਮਲੇਸ਼ੀਆ ਦਾ ਪ੍ਰਿਮੀਅਰ ਸਭ ਤੋਂ ਚੱਕਮਾ ਕਹਿੰਦੇ ਇਹਨਾਂ ਦਾ ਹੌਕੀ ਦਾ ਟੂਰਨਾਮੈਂਟ ਹੁੰਦਾ ਹੈ ਹੈਨਾ ਚਲੋ ਤਾਂ ਸੀ ਅੱਗੇ ਜਾਂਦੇ ਹੋਏ ਇਹ ਕੁਝ ਬੈਚਸ ਨੇ ਸਬ ਇਨਸਪੈਕਟਰ ਦੀ ਬੈਚ ਔਰ ਬਹੁਤ ਛੇਤੀ 20 ਤਰੀਕ ਹੋ ਚੁੱਕੀਏ 23 ਤਰੀਕ ਤੋਂ ਸਟਾਰਟ ਹੋ ਰਿਹਾ ਹੈ ਉਦਾਂ ਹੀ ਹੈਡ ਕਨਸਟੇਬਲ ਦਾ ਬੈਚ ਹੈ ਇਹ ਵੀ 30 ਤਰੀਕ ਤੋਂ ਸ਼ੁਰੂ ਹੋ ਰਿਹਾ ਹੈ ਫਿਰ ਇੰਟੈਲੀਜੈਂਸ ਅਸਿਸਟੈਂਟ ਦਾ ਵੀ ਬੈਚ ਤੁਹਾਡੇ ਸਾਹਮਣੇ ਆ ਚੁੱਕਾ ਹੈ ਇਹਨਾਂ ਵਿੱਚ ਤੁਸੀਂ ਐਨਰੋਲ ਕਰਨਾ ਚਾਹੁੰਦੇ ਹੋ ਤਾਂ ਅਡਾ 247.com ਤੇ ਜਾਣਾ ਹੈ ਉੱਥੇ ਸਰਚ ਕਰਨਾ ਹੈ ਪੰਜਾਬ ਐਸਆਈ ਜਾਂ ਫਿਰ ਪੰਜਾਬ ਹੈਡ ਕਨਸਟੇਬਲ ਤੇ ਇਹ ਰਿਹਾ ਡਿਸਕਾਊਂਟ ਕੋਡ Y383 Y383 ਲਾ ਕੇ ਤੁਹਾਨੂੰ 77% ਤੱਕ ਦਾ ਡਿਸਕਾਊਂਟ ਮਿਲਦਾ ਹੈ ਤੇ ਇਹ ਐਨੇ ਦੇ ਪੈ ਜਾਂਦੇ ਨੇ ਬਟ ਫਿਰ ਆਪਾਂ ਗੱਲ ਕਰਦੇ ਆ ਅੱਗੇ ਇਹ ਪੰਜਾਬ ਰੈਣਾ ਹਾਈ ਕੋਰਟ ਕਲਰਕ ਦਾ ਬੈਚ ਵੀ ਹੈ ਅੱਗੇ ਟੈਕਨੀਕਲ ਸਪੋਰਟ ਸਰਵਿਸਿਜ਼ ਕਾਡਰ ਵੀ ਆਊਗਾ ਅੱਗੇ ਪੰਜਾਬ ਪਟਵਾਰੀ ਵੀ ਆਊਗਾ ਅੱਗੇ ਚੰਡੀਗੜ੍ਹ ਪੁਲਿਸ ਵੀ ਆਊਗਾ ਤਾਂ ਉਹਨਾਂ ਸਾਰਿਆਂ ਦੀ ਥਾਂ ਇੱਕ ਜਿਹੜਾ ਪੰਜਾਬ ਦਾ ਮਹਾਪੈਕ ਹੁੰਦਾ ਹੈ ਇਹਦੇ ਵਿੱਚ ਐਨਰੋਲ ਕਰਕੇ ਜਿਆਦਾ ਫਾਇਦਾ ਹੈ ਕਿਉਂ ਇਹਦੇ ਵਿੱਚ ਸਾਲ ਭਰ ਤੇ ਜਿੰਨੇ ਵੀ ਬੈਚ ਨੇ ਉਹਨਾਂ ਦੀ ਕਲਾਸਾਂ ਹੋਣ ਭਾਵੇਂ ਟੈਸਟ ਸੀਰੀਜ਼ ਹੋਵੇ ਭਾਵੇਂ ਲਾਈਵ ਨਹੀਂ ਦੇਖ ਸਕਦੇ ਰਿਕਾਰਡਡ ਹੋਵੇ ਵੀ ਬੁੱਕ ਹੋਵੇ ਪੀਡੀਐਫ ਹੋਵੇ ਇੱਕ ਇੰਗਲਿਸ਼ ਸਪੀਕਿੰਗ ਕੋਰਸ ਤੇ ਜਿਹੜੇ ਪਿਛਲੇ ਸਾਲ ਪੇਪਰ ਹੋਏ ਸੀਗੇ ਜਿੱਦਾਂ ਪੀਐਸ ਪੀਸੀਐਲ ਪੀ ਟ੍ਰਿਪਲ ਐਸਬੀ ਦੇ ਪੰਜਾਬ ਪੁਲਿਸ ਦੇ ਉਹ ਸਭ ਤੁਹਾਨੂੰ ਮਿਲਦੇ ਨੇ ਤੇ ਕਿੰਨੇ ਵਿੱਚ ਮਿਲਦੇ ਨੇ ਮਿਲਦੇ ਨੇ ਤੁਹਾਨੂੰ 3219 ਰੁਪਏ ਵਿੱਚ ਪੂਰੇ 1 ਸਾਲ ਲਈ ਸਿਰਫ Y383 ਕੋਡ ਲਾ ਕੇ ਇੱਕ ਵਾਰ ਮੈਂ ਤੁਹਾਨੂੰ ਦਿਖਾ ਦੇਣਾ ਕਿਦਾਂ ਦੇਖ ਸਕਦੇ ਹੋ ਤਾਂ ਓਪਨ ਕਰਨਾ ਤੁਸੀਂ adda247.com ਯਾਨੀ ਕਿ adda247.com ਓਪਨ ਕਰੋਗੇ ਮੰਨ ਲਓ ਤੁਸੀਂ ਜੇ ਪੰਜਾਬ ਸਬ ਇੰਸਪੈਕਟਰ ਦੀ ਤਿਆਰੀ ਕਰ ਰਹੇ ਹੋ ਤਾਂ ਸਪਹਿਲਾ ਸਿੱਧਾ ਸਰਚ ਕਰ ਲਓ ਪੰਜਾਬ एसआई है ना पंजाब एसआई ਆਪਾਂ ਸਰਚ ਕੀਤਾ ਤਾਂ ਆਹ ਦੇਖੋ ਆ ਵਿੱਚ ਵਿਚਾਲੇ ਪਿਆ ਇਹ 8000 ਲਿਖਿਆ ਹੋਇਆ ਪਰ ਜਿਹੜਾ ਡਿਸਕਾਊਂਟ ਕੋਡ ਹੈ ਇੱਥੇ ਕੰਮ ਆਉਂਦਾ ਹੈ ਬਾਏ ਨਾਓ ਤੇ ਕਲਿੱਕ ਕੀਤਾ 쿠ਪਨ ਕੋਡ ਐਂਟਰ ਜਦੋਂ ਕੀਤਾ ਮੈਂ Y383 Y383 ਜਦੋਂ ਮੈਂ ਲਾਇਆ ਇਹ ਪੈ ਗਿਆ 77% ਆਫ ਤੇ 1840 ਦਾ ਲੇਕਿਨ ਇਹਦੇ ਵਿੱਚ ਕੀ ਹੈ ਸਿਰਫ ਇੱਕ ਬੈਚ ਹੁਣ ਅਸੀਂ ਹੋਰ ਪੇਪਰ ਵੀ ਦੇਣੇ ਨੇ ਤਾਂ ਉਹਨਾਂ ਲਈ ਆਪਾਂ ਸਰਚ ਕਰਾਂਗੇ ਪੰਜਾਬ ਮਹਾਪੈਕ ਪੰਜਾਬ ਮਹਾਪੈਕ ਨਾਮ ਵਿੱਚ ਹੀ ਮਹਾ ਹੈ ਤੇ ਹਉ ਦੇਖੋ ਹਜੇ ਤਾਂ ਤੁਹਾਡੇ ਕੋਲ ਬਹੁਤ ਹੀ ਵਧੀਆ ਮੌਕਾ ਹੈ ਆ ਦੇਖ ਰਹੇ ਜਿਹੜਾ ਲਾਲ ਲਾਲ ਲਿਖਿਆ ਡਬਲ ਵੈਲਿਡਿਟੀ ਮਤਲਬ ਕਿ ਅੱਜ ਆਫਰ ਚੱਲਿਆ ਹੋਇਆ ਕੱਲ੍ਹ ਜਨਮਾਸ਼ਟਮੀ ਦਾ ਆਫਰ ਚੱਲਿਆ ਹੈ ਹਜੇ ਤੱਕ ਬੰਦ ਨਹੀਂ ਹੋਇਆ 9 ਵਜੇ ਨੇ 10 10:30 11 ਵਜੇ ਤੱਕ ਸ਼ਾਇਦ 12 ਵਜੇ ਤੱਕ ਆਫਰ ਚੱਲੂਗਾ ਇਹ ਦੇਖ ਲਓ ਮਤਲਬ ਜਦੋਂ ਤੱਕ ਚੱਲੂਗਾ ਜਦੋਂ ਤੱਕ ਇਹ ਸ਼ੋ ਹੋ ਰਿਹਾ ਹੈ ਇਹ ਯਾਨੀ ਕਿ ਇੱਕ ਦੀ ਥਾਂ 2 ਸਾਲ ਦਾ ਮਿਲ ਰਿਹਾ ਆ ਦੇਖੋ ਆਪਾਂ ਕਰਨਾ ਹੋਈ ਹੈ ਬੇਸਿਕ ਜਿਹਾ ਕੰਮ ਆਪਾਂ ਥੱਲੇ ਆਉਂਗੇ ਬਾਏ ਨਾ ਉਤੇ ਕਲਿੱਕ ਕਰੋਗੇ ਐਂਟਰ ਕੂਪਨ ਕੋਡ ਕਰਾਂਗੇ Y38 Y383 Y383 ਕੀਤਾ ਆ ਵੇਖੋ 3200 ਦਾ ਪੈ ਗਿਆ 12 12 ਇੱਥੇ ਮੈਂ ਕੀ ਲਿਖਿਆ ਸੀ ਕੱਲਾ 1 ਸਾਲ ਲਈ ਬਟ ਆਫਰ ਚੱਲਿਆ ਹੋਇਆ ਮੈਨੂੰ ਵੀ ਨਹੀਂ ਆਈਡੀਆ ਸੀ ਤਾਂ 12 12 ਹੈ ਪੂਰੇ 2 ਸਾਲ ਤੱਕ ਲਾਈਵ ਕਲਾਸ ਵੀਡੀਓ ਕੋਰਸ ਟੈਸਟ ਸੀਰੀਜ਼ ਈ ਬੁੱਕ ਪੀਡੀਐਫ ਸਭ ਕੁਝ ਇੱਕ ਇੰਗਲਿਸ਼ ਸਪੀਕਿੰਗ ਕੋਰਸ ਤੱਕ ਬਕਾਇਦਾ ਤੁਹਾਨੂੰ ਇਹਦੇ ਵਿੱਚ ਮਿਲ ਜਾਂਦਾ ਹੈ 1170 ਟੈਸਟ ਸੀਰੀਜ਼ਾਂ ਪਈਆਂ ਨੇ ਦੇਖੋ ਕੌਨਸਟੇਬਲ SI ਪੰਜਾਬ ਰਣ ਹਾਈ ਕੋਰਟ ਕਲਰਕ ਸਪੈਸ਼ਲ ਕਰੰਟ ਅਫੇਅਰ ਦੀ ਇੰਗਲਿਸ਼ ਪੰਜਾਬੀ ਲੈਂਗੁਏਜ ਟੈਸਟ 3 ਦਾ ਇਹਦੇ ਵਿੱਚ ਕੁਐਸਚਨ ਬੈਂਕ ਵੀ ਮਿਲਣਦੇ ਨੇ ਬੈਚ ਦੇਖੋ ਦੁਨੀਆ ਭਰ ਦੇ ਵੀਡੀਓ ਗ੍ਰਾਮ ਸੇਵਕ ਫੋਰੈਸ ਗਾਰਡ ਇਹ ਵੋ 100 ਤੇ ਐਂਡ ਵਿੱਚ ਜਿਹੜੇ ਪੁਰਾਣੇ ਪਿਛਲੇ ਸਾਲ ਪੇਪਰ ਹੋਏ ਸੀਗੇ ਪੀਪੀਐਸਸੀ ਦੇ ਹੋਏ ਸੀਗੇ ਇਹ ਪੀ ਟ੍ਰਿਪਲ ਐਸਬੀ ਦੇ ਹੋਏ ਪੀਐਸਪੀਸੀਐਲ ਦੇ ਇੰਟੈਲੀਜ ਅਸਿਸਟੈਂਟ ਕੌਨਸਟੇਬਲ ਸਭ ਕੁਝ ਮਿਲਦਾ ਹੈ ਕਾਦੇ ਵਿੱਚ ਮਿਲਦਾ ਹੈ ਪੰਜਾਬ ਦੇ ਮਹਾ ਪੈਕ ਵਿੱਚ ਮਿਲਦਾ ਹੈ ਇਹ ਤੁਹਾਡੇ ਸਾਹਮਣੇ ਰਿਹਾ ਡਿਸਕਾਊਂਟ ਕੋਡ ਠੀਕ ਹੈ हां सर बीएससी एग्री प्लस 1 ईयर ਦਾ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਪੰਜਾਬ ਪੁਲਿਸ ਲਈ एलिजिबल ਆ। ਉਹ ਉਹ ਲੈਵਲ ਸਰਟੀਫਿਕੇਟ ਹੈ ਤਾਂ ਹਾਂ ਨਹੀਂ ਤਾਂ ਮੈਨੂੰ ਆਈਡੀਆ ਨਹੀਂ ਦੇਖੋ ਯਾਰ ਇੱਕ ਵਾਰ ਨਾ ਕਾਲ ਕਰਕੇ ਪੁੱਛ ਲੋ ਜੇ ਉਹ ਲੈਵਲ ਦੇਖੋ ਉਹਨਾਂ ਨੇ ਤਾਂ ਕਲੀਅਰ ਲਿਖਿਆ ਹੈ ਦੇਖੋ ਕਈਆਂ ਵਿੱਚ ਲਿਖਿਆ ਹੈ ਕੱਲੇ ਗ੍ਰੈਜੂਏਸ਼ਨ ਚਾਹੀਦੀ ਤਾਂ ਉਹਨਾਂ ਵਿੱਚ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਤੁਸੀਂ ਜੇ ਕੀਤੀ ਹੋਈ ਗ੍ਰੈਜੂਏਸ਼ਨ ਤਾਂ ਤੁਸੀਂ ਭਰ ਸਕਦੇ ਹੋ ਬਟ ਇੱਕ ਏ ਸਾਲ ਦਾ ਡਿਪਲੋਮਾ ਐਪਲੀਕੇਸ਼ਨ ਹੁਣ ਦੇਖੋ ਇੰਟੈਲੀਜੈਂਸ ਇਨਵੈਸਟੀਗੇਸ਼ਨ ਕਾਟਰ ਦੀ ਮੈਂ ਗੱਲ ਕਰਾਂ ਤਾਂ ਉਹਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਹੈ ਯਾ ਤਾਂ ਤੁਹਾਡੀ ਗ੍ਰੈਜੂਏਸ਼ਨ ਹੋਵੇ ਕੰਪਿਊਟਰ ਵਿੱਚ ਜਾਂ ਫਿਰ ਤੁਹਾਡੇ ਸਾਰੇ ਸੈਮੈਸਟਰਾਂ ਵਿੱਚ ਕੰਪਿਊਟਰ ਦਾ ਕੋਈ ਨਾ ਕੋਈ ਇੱਕ ਸਬਜੈਕਟ ਹੋਵੇ ਤੁਹਾਡੇ ਕੋਲ ਜਾਂ ਫਿਰ ਤੁਸੀਂ ਕੀਤੀ ਹੋਵੇ ਗ੍ਰੈਜੂਏਸ਼ਨ ਤੇ ਤੁਹਾਡੇ ਕੋਲ O level ਦਾ NIELIT ਦਾ ਸਰਟੀਫਿਕੇਟ ਹੋਵੇ ਤਾਂ ਇੱਕ ਵਾਰ ਫੋਨ ਕਰਕੇ ਜਰੂਰ ਦੇਖ ਲੈ ਯਾਰ ਹੈਨਾ ਠੀਕ ਹੈ ਅਸੀਸ ਵਿੱਚ ਕੁਝ ਨਹੀਂ ਹੁੰਦਾ ਠੀਕ ਹੈ ਮੈਂ ਦਿਖਾਣਾ ਸੀ ਇਸ ਵਿੱਚ ਕੀ ਕੁਝ ਆਉਂਦਾ ਇੱਕ ਮਿੰਟ ਰੁਕ ਜਾ ਹੈਨਾ ਇਹ ਕੋਈ ਕਹਿੰਦਾ ਜੀ ਅਸੀਸ ਵਿੱਚ ਕੁਝ ਨਹੀਂ ਆਉਂਦਾ ਮੈਂ ਦਿਖਾਣਾ ਕੀ ਕੁਝ ਆਉਂਦਾ ਮਮ ਫਿਰ ਆਪਣਾ 1 ਮਿੰਟ ਦੋ ਮੈਨੂੰ ਬਸ ਮੈਂ ਸ਼ੇਅਰ ਕਰ ਦੇਣਾ ਨਾ ਕੀ ਕੁਛ ਆਂਦਾ ਹੈ ਉੱਥੇ ਮਤਲਬ ਐਸਾ ਵੀ ਕੀ ਹੈ ਜੋ ਮੈਂ ਕਹਿ ਰਹਾ ਹਾਂ ਕੀ ਨਹੀਂ ਛੋਟੀ ਜਿਹੀ ਝਲਕ ਦਿਖਾਉਂਗਾ ਸਾਰਾ ਨਹੀਂ ਦਿਖਾਉਂਗਾ ਅਸੀ ਟਵਿਚ ਕੀ ਹੈ ਇਹ ਸਿਰਫ ਕਰੰਟ ਅਫੇਅਰ ਲਈ ਹੈ ਅਸੀ ਇਸ ਟੈਸਟ ਸੀਰੀਜ਼ ਹੈ ਉਹਦੇ ਵਿੱਚ ਈ-ਬੁੱਕ ਵੀ ਹੈ ਉਹ ਕਾਦੇ ਲਈ ਹੈ ਉਹ ਬਸ ਬੱਚਿਆਂ ਨੂੰ ਜਿਹਨਾਂ ਨੂੰ ਕਰੰਟ ਅਫੇਅਰ ਤੋਂ ਡਰ ਲੱਗਦਾ ਤਾਂ ਆਹ ਵੇਖੋ ਇਹਦੇ ਵਿੱਚ ਕੀ ਕੁਛ ਹੈ ਜਿੱਦਾਂ ਜਨਵਰੀ ਦਾ ਮਹੀਨਾ ਸੀਗਾ ਨਾ ਪੂਰੀ ਇੱਕ ਤੁਹਾਡੇ ਕੋਲ ਭਰ ਕੇ ਤੁਹਾਡੇ ਕੋਲ ਕੁਐਸਚਨ ਬੈਂਕ ਭਰਿਆ ਹੋਇਆ ਵੇਖੋ ਇਹ ਜਨਵਰੀ ਦੇ ਕੁਐਸਚਨ ਬੈਂਕ ਹੈ ਸਾਰਾ ਜਨਵਰੀ ਦਾ ਤੁਹਾਡੇ ਕੋਲ ਪੂਰਾ ਕੁਐਸਚਨ ਬੈਂਕ ਬਣਿਆ ਹੋਇਆ ਆ ਆਈਐਸਸੀਡੀ ਬਾਰੇ ਸੀਗਾ ਕੁਛ ਸੀਗਾ ਫਿਰ ਆਪਣੇ 10th ਸੈਂਚਰੀ ਆਈਡਲਾਈਸੀ ਗੋਟ ਹੈਡਰ ਯੋਗਨੀ ਦੀ ਤਾਂ 300 ਦੇ ਅਰਾਊਂਡ ਸਵਾਲ ਨੇ ਪ੍ਰੋਪਰ ਕੁਐਸਚਨ ਬੈਂਕ ਬਣਿਆ ਹੋਇਆ ਅੰਗਰੇਜ਼ੀ ਤੇ ਪੰਜਾਬੀ ਵਿੱਚ ਮੈਨੂੰ ਦੱਸ ਦੋ ਤੁਹਾਨੂੰ ਕੋਈ ਜੰਗਰੇਜੀਤ ਪੰਜਾਬੀ ਵਿੱਚ ਤੁਹਾਨੂੰ ਟੈਸਟ ਸੀਰੀਜ਼ ਦਿੰਦਾ ਹੋਵੇ ਏ ਕੁਐਸਚਨ ਬੈਂਕ ਦਿੰਦਾ ਹੋਵੇ ਟੈਸਟ ਸੀਰੀਜ਼ ਵੀ ਹੈ ਦੇ ਅੰਦਰ ਕੋਈ ਵੀ ਤੁਹਾਨੂੰ ਦਿੰਦਾ ਹੋਵੇ ਜੇ ਕੁਐਸਚਨ ਬੈਂਕ ਅੰਗਰੇਜੀ ਤੇ ਪੰਜਾਬੀ ਵਿੱਚ ਪਠੰਡੇ ਜਲੰਧਰ ਚੰਡੀਗੜ ਕਿਤੇ ਚੱਲ ਜਾਓ ਕੋਈ ਜੇ ਤੁਹਾਨੂੰ ਅੰਗਰੇਜੀ ਤੇ ਪੰਜਾਬੀ ਵਿੱਚ ਇਹ ਦੇ ਦੇਵੇ ਹੋਰ ਲਓ ਇਸ ਮਹੀਨੇ ਦੇ ਲੈ ਲਓ ਜੁਲਾਈ ਮਹੀਨੇ ਦੇ ਲੈ ਲਓ ਆ ਦੇਖੋ ਆ ਜੁਲਾਈ ਮਹੀਨੇ ਦੇ ਬਣੇ ਹੋਏ ਨੇ ਜੁਲਾਈ ਮਹੀਨੇ ਦੇ ਈਰਾਨ ਅਰਜਨਟੀਨਾ ਬ੍ਰਿਕਸ ਕਲੱਬ ਜੁਆਇਨ ਕੀਤਾ 올림픽 ਚੈਂਪੀਅਨ ਕੌਣ ਹੈ ਗਲੋਬਲ 에ਅਰ ਵਾਰਡ ਤਿਲੰਗਨਾ ਵੀਟੀ ਹੱਬ ਫੈਸਿਲਿਟੀ ਐਮਐਸਐਮਈ ਅਵਾਰਡ ਵੇਰੀਏਬਲ ਏਟੀਐਮ ਕਾਰਡ ਇਹ ਜੁਲਾਈ ਮਹੀਨੇ ਦੇ ਨੇ ਹੋਰ ਇੰਨਾ ਹੀ ਨਹੀਂ ਇਹਦੇ ਵਿੱਚ ਫਿਰ ਅੱਡ ਤੋਂ ਤੁਹਾਡੇ ਲਈ ਅਵਾਰਡ ਦੀ ਅੱਡ ਪੀਡੀਐ ਬਣਾਈ ਹੋਈ ਹੈ ਮੈਂ ਅਪਾਇੰਟਮੈਂਟਸ ਲਈ ਅਲੱਗ ਪੀਡੀਐ ਬਣਾਈ ਹੋਈ ਹੈ ਆ ਵੇਖੋ ਆ ਅਪਾਇੰਟਮੈਂਟਸ ਦੀ ਅਲੱਗ ਪੀਡੀਐ ਹੈ ਸਿਰਫ ਅਪਾਇੰਟਮੈਂਟਸ ਨੇ ਅੰਦਰ ਜੂਨ ਮਹੀਨੇ ਦੇ ਅਪਾਇੰਟਮੈਂਟ ਫਿਰ ਜੁਲਾਈ ਦੇ ਆਈ ਹੈ ਫਿਰ ਮਈ ਦੇ ਆਈ ਹੈ ਤੇ ਅੱਗੇ ਪੂਰੇ 1 ਸਾਲ ਤੱਕ ਦੇ ਐਂ ਅਪਾਇੰਟਮੈਂਟਸ ਆਉਣਗੇ ਸਾਰੇ ਲਿਖੇ ਯੂਨੀਅਨ ਬੈਂਕ ਦੇ ਏ ਸਿੰਧ ਬੈਂਕ ਦੇ ਏ ਐਸਈਬੀ ਦੇ ਏ ਏ ਕੇਨਮ ਮੈਟਾ ਦੇ ਪ੍ਰਦਾਨ ਇਹ ਡੀਜੀ ਨੈਸ਼ਨਲ ਇਨਫੋਰਮੈਟਿਕ ਸੈਂਟਰ ਦੇ ਇਹ ਇਹ ਸਭ ਕੁਝ ਹੈ ਅਸੀਸ ਵਿੱਚ ਅਸੀਸ ਜਿਹਨੇ ਲੈਣੀ ਹੋਵੇ ਮਤਲਬ ਠੀਕ ਹੈ ਤੁਸੀਂ ਕਰੇ ਸਿਰਫ ਕਰੰਟ ਅਫੇਅਰ ਤੇ ਪ੍ਰੋਬਲਮ ਹੈ ਤਾਂ ਇੱਧਰ ਸਰਚ ਕਰ ਲੈਣਾ ਤੁਸੀਂ ए एस डबल ए एस ਠੀਕ ਹੈ ਅਸੀਸ ਸਰਚ ਕਰਕੇ ਤੁਹਾਡੇ ਅੱਗੇ ਇੱਕ ਹੀ ਆਉਗੀ ਇਹ ਰਿਹਾ 399 ਲਿਖਿਆ ਹੈ ਬਟ ਇੰਨਾ ਮਹਿੰਗਾ ਨਹੀਂ ਹੈ ਬਾਏ ਨਾਉ ਤੇ ਕਲਿੱਕ ਕਰਿਓ ਤੇ ਇੱਥੇ ਕੂਪਨ ਕੋਡ ਐਂਟਰ ਕਰਿਓ Y383S Y383 ਕਿ Y383S ਜਰੂਰ ਲੈਣਾ ਜੇ ਟੈਸਟ ਸੀਰੀਜ਼ ਲੈਣੀ ਹੈ ਇਹ 248 ਦੀ ਪੈਂਦੀ ਹੈ 3500 ਤੋਂ ਜ਼ਿਆਦਾ ਐਮਸੀਕਿਊ ਕਿਉਂਕਿ ਕਿੰਨੇ 12 ਮਹੀਨੇ ਦੇ ਸਵਾਲ ਨੇ ਇਹਦੇ ਵਿੱਚ 12 ਮਹੀਨੇ ਦੇ ਸਾਰੇ ਹਰ ਮਹੀਨੇ ਦੇ ਅਰਾਊਂਡ 300 ਤੋਂ ਜ਼ਿਆਦਾ ਕੁਐਸਚਨ ਤੇ ਹਰ ਮਹੀਨੇ ਦੇ ਚਾਰ-ਚਾਰ ਟੈਸਟ ਅਪਰੋਕਸੀਮੇਟ ਟੈਸਟ ਸੀਰੀਜ਼ ਤਾਂ ਟੈਸਟ ਸੀਰੀਜ਼ ਵਿੱਚ ਇਹ ਵਾਲੇ ਕੁਐਸਚਨ ਵੀ ਹੁਣ ਐਮਸੀਕਿਊ ਵਾਲੇ ਈ-ਬੁੱਕ ਵਾਲੇ ਤੇ ਅਡ ਕੁਐਸਚਨ ਵੀ ਹੋਣ ਤਾਂ ਜਿਹਨੂੰ ਕਰੰਟ ਅਫੇਅਰ ਚ ਪ੍ਰੋਬਲਮ ਹੈ ਤਾਂ ਇਹ ਪਰਫੈਕਟ ਹੈ ਤੁਹਾਡੇ ਲਈ ਟੈਸਟ ਸੀਰੀਜ਼ ਵੀ ਹੈ ਕੁਐਸਚਨ ਬੈਂਕ ਵੀ ਹੈ ਠੀਕ ਹੈ ਚਲੋ ਯਾਰ ਬਾਏ ਬਾਏ ਨਹੀਂ ਨਵਜੋਤ ਪੀਸੀਐਸ ਦੀ ਤਿਆਰੀ ਨਹੀਂ ਹੁੰਦੀ ਮਹਾਪਾਗ ਵਿੱਚ ਪੀਸੀਐਸ ਦੀ ਤਿਆਰੀ ਨਹੀਂ ਹੁੰਦੀ ਮਹਾਪਾਗ ਵਿੱਚ ਪੀਸੀਐਸ ਦੀ ਤਿਆਰੀ ਨਹੀਂ ਹੁੰਦੀ ਮਹਾਪਾਗ ਵਿੱਚ